ਜੱਟਾਂ ਨਾਲ ਮੁੰਡਾ ਲੜ ਪਿਆ ਮੈਂ ਨਾ ਮੈਨੂੰ ਐ ਜੋ ਆਂਦਾ ਸੀ ਫੋਨ ਤੇ ਆਂਦਾ ਮੈਨੂੰ ਆਂਦਾ ਕਿੰਨਾ ਟੱਕਰਿਆ ਰਹਿੰਦਾ ਦੱਸ ਅੱਛਾ ਤੇ ਮੈਂ ਮੇਰੀ ਪਰਸਨਲ ਗੱਲ ਤੈਨੂੰ ਕਿਉਂ ਦੱਸਾਂ ਮੈਂ ਤੂੰ ਵੀ ਚੁੱਕ ਲੈਣੇ ਪਹਿਲੇ ਲੈਣੇ ਤੂੰ ਵਿੱਚ ਨਹੀਂ ਨਹੀਂ ਸਹੇਲੀ ਸੁਲੀ ਤਾਂ ਹੀ ਲੱਗਾ ਰਹਿੰਦਾ ਹੁਣ ਫੋਨ ਤੇ ਮੈਂ ਆ ਨਾ ਭਾਜੀ ਤੁਹਾਨੂੰ ਹੁਣ ਕੀ ਮੰਨ ਕੇ ਚਲੋ ਵੀ ਸ਼ੌਂਕ ਆਪਣਾ ਹੁਣ ਕਲਾਕਾਰੀ ਦਾ ਹੀ ਹੈ ਕਿ ਭਾਜੀ ਵੀ ਸਿੱਧੀ ਆਨਲਾਈਨ ਸਟੇਟ ਹੀ ਲਾਈਦੀ ਆ ਆਨਲਾਈਨ ਸਟੇਟ ਉਹ ਕਿੱਦਾਂ ਲੱਗਦੀ ਆ ਭਾਜੀ ਜਸੜ ਨੇ ਪੈਰੀ ਤੇ ਚਵਣਾ ਪਈਆਂ ਉਹ ਭਾਜੀ ਬੂਟ ਤੇ ਆਪੇ ਲਵਾਏ ਅੱਛਾ ਤਾਂ ਸਰਵਣ ਤੇਰੀ ਹੁਣ ਪੁਰਾਣੀ ਜ਼ਿੰਦਗੀ ਬਾਰੇ ਕੁਝ ਗੱਲਾਂ ਕਰ ਲਈਏ ਜਦੋਂ ਸਟਾਰਟਿੰਗ ਸੀ ਪਹਿਲਾਂ ਤੁਸੀਂ ਪਾਠ ਕਰਦੇ ਹੁੰਦੇ ਸੀ ਜਾਂ ਤੁਸੀਂ ਗੱਤਕਾ ਸਿੱਖਦੇ ਹੁੰਦੇ ਸੀ ਕਿਵੇਂ ਸਾਰਾ ਕੁਝ ਉਦੋਂ ਕਿਵੇਂ ਚੱਲਦਾ ਸੀ ਜ਼ਿੰਦਗੀ ਭਾਜੀ ਬਹੁਤ ਵਧੀਆ ਚੱਲਦਾ ਸੀ ਪਹਿਲੀ ਗੱਲ ਤਾਂ ਮੈਂ ਜਦੋਂ ਪਾਠ ਕਰਦਾ ਸੀ ਨਾ ਤੇ ਗਲੀ ਵਾਲੇ ਆਵਾਜ਼ ਸੁਣ ਕੇ ਆ ਜਾਂਦੇ ਬਾਬਾ ਕਿਡਾਇਆ ਕਿਹੜਾ ਪਿਆ ਦੁਪਹਿਰੇ ਹੀ ਅੱਛਾ ਤੇ ਮੈਂ ਭੋਗ ਵੀ 12 ਵਜੇ ਪਾਉਂਦਾ ਹਾਂ ਪਾਗਾ ਤੋਂ 12 ਤੋਂ ਵੱਧ ਵੀ ਟਾਈਮ ਹੋ ਜਾਂਦਾ ਸੀ ਮਤਲਬ ਸਹਿਜ ਪਾਠ ਉੱਦਾਂ ਰੱਖ ਦਈਦਾ ਸੀ ਘਰੇ ਗਏ ਤੇ ਮਤਲਬ ਗਲੀ ਵਾਲੇ ਸੁਣ ਕੇ ਆਪਣੀ ਆਵਾਜ਼ ਹੀ ਆ ਜਾਂਦੀ ਵੀ ਇੰਨੀ ਆਵਾਜ਼ ਸੁਰੀਲੀ ਪਰ ਮੁੰਡਾ ਪਾਠ ਕਿਹੜਾ ਕਰਦਾ ਚੱਲਾਂ ਵੇਖ ਕੇ ਆਈਏ ਅੱਛਾ ਤੇ ਇਹ ਵੀ ਗੱਲ ਮੈਂ ਐਂਡ ਤੇ ਕਹਿ ਦਿੰਦਾ ਦੇਖ ਸੱਚ ਕੇ ਹਾਜ਼ਰ ਕੀਤੀ ਸਾਰੇ ਵੀਰਾਂ ਨੇ ਪ੍ਰਸ਼ਾਦ ਵੀ ਲੈ ਕੇ ਜਾਣਾ ਮੁੜ ਕੇ ਅਰਦਾਸ ਕਰਕੇ ਤੇ ਮਗਰ ਇੱਕ ਵਿਸ਼ਰੀ ਲਾ ਦੇ ਜੀ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੀ ਅੱਛਾ ਭਾਈ ਮੈਂ ਉਹਨਾਂ ਦੀ ਕੁਇਸ਼ਰੀ ਬੋਲਦਾ ਹੋਰ ਕਿਸੇ ਜਥੇ ਦੀ ਨਹੀਂ ਬੋਲਦਾ ਠੀਕ ਪਾਠ ਕਿਹੜਾ ਆਉਂਦਾ ਵੈ ਬੈਠ ਮੈਨੂੰ ਭਾਜੀ ਮੂੰਹ ਜ਼ਬਾਨੀ ਕੰਠਿਆ ਮੈਨੂੰ ਮੈਂ ਬਾਬੇ ਦੇ ਨਾਲ ਨਾਲ ਜਦੋਂ ਮਤਲਬ ਅੱਧੇ ਜ਼ਿਆਦਾ ਮੈਨੂੰ ਰਹਿ ਰਸ ਸਰ ਲਿਆ ਜਿੰਨੀ ਬਾਬਾ ਗੁੜਕੇ ਦੇ ਕਰਦਾ ਕਿਉਂਕਿ ਪੜ੍ਹਨਾ ਨਹੀਂ ਨਾ ਮੈਨੂੰ ਆਉਂਦਾ ਭਾਜੀ ਉੱਦਾਂ ਮੈਂ 8ਵੀਂ ਕੀਤੀ ਆ ਚਲੋ ਪੰਜਾਬੀ 'ਚ ਮਾਰ ਮਾਰਦਾ ਬਾਕੀ ਗੱਲ ਚਲੋ ਮਾਰੇ ਕਿਉਂਕਿ ਜਿਹੜਾ ਪਾਠ ਹੁੰਦੇ ਆ ਦੋ ਪੰਕਤੀਆਂ ਨੇ ਦੋ ਲਾਈਨਾਂ ਆਪਣੀ ਆਵਾਜ਼ ਨਹੀਂ ਭਾਜੀ ਮੈਨੂੰ ਨਾ ਰਹਿ ਰਸ ਆਉਂਦੀ ਆ ਜਪਜੀ ਸਾਹਿਬ ਤੇ ਚਲੋ ਥੋੜ੍ਹਾ ਬਹੁਤਾ ਤਾਂ ਹਰ ਇੱਕ ਬੰਦੇ ਨੂੰ ਆਉਂਦਾ ਹੁੰਦਾ ਤੁਹਾਨੂੰ ਪਤਾ ਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਤਿ ਸੰਗਤ ਜੀ ਆਹੋ ਜੀ ਜੋ ਅੱਜ ਰਹਿ ਰਸ ਦੀ ਬਾਣੀ ਦਾ ਜਾਪ ਮੈਂ ਕਰਦਾ ਵਾਂ ਆਹੋ ਸੰਗਤਾਂ ਦੇ ਰਾਹੀ ਨਿਹਾਲ ਕਰਦੇ ਸੰਗਤਾਂ ਨੂੰ ਸੁਣਾ ਕੇ ਗੁਰੂ ਘਰ ਦਾ ਜਸ 2 ਮਿੰਟ ਵਾਲੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਧਾਮਣਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਖਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਸਿਤ ਕਰਨਾ ਸੋ ਕਰਿਆ ਸੋਧਰਾ ਗਿਆ ਸਮਾਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜਾਪ ਕੀਤਾ ਵਾ ਰਹਿ ਰਸ ਬਾਣੀ ਦਾ ਮਹਾਰਾਜ ਗਲਤੀਆਂ ਭੁੱਲਾਂ ਚੁੱਕਾ ਭਾਜੀ ਹੋ ਜਾਂਦੀਆਂ ਜਾਣ ਬੱਚੇ ਮਾਫ਼ ਕਰ ਲੈਣੀਆਂ ਚੜ੍ਹਦੀਆਂ ਕਲਾ ਬਖਸ਼ੇ ਦਾ ਧਾਰਿਕ ਕੋ ਮਿਹਰ ਭਰਤ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਵਾਂ ਤੁਸੀਂ ਕਬੀਰ ਵੀ ਕਰ ਲੈਂਦੇ ਹੋ ਹਾਂਜੀ ਭਾਜੀ ਕਿਹੜਾ ਕਿਹਨੂੰ ਜ਼ਿਆਦਾ ਸੁਣ ਲੈਂਦੇ ਕਬੀਰ ਮੈਂ ਭਾਜੀ ਸੁਣਦਾ ਜ਼ਿਆਦਾ ਭਾਜੀ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਅੱਛਾ ਉਹਨਾਂ ਦੀ ਆਵਾਜ਼ ਬੜੀ ਪਲਾਉਂਦੇ ਆ ਅੱਛਾ ਹੁਣ ਉਹਨਾਂ ਦੀ ਆਵਾਜ਼ ਵਿੱਚ ਤੁਸੀਂ ਕਹਿੰਦੇ ਤੇ ਕਬੀਰ ਵੀ ਸੁਣਾ ਦਿੰਦਾ ਬਿਲਕੁਲ ਮੈਂ ਨਾ ਵੀ ਫਿਰ ਹਾਂਜੀ ਕਰੀਏ ਫਿਰ ਚੱਲੂ ਲਓ ਜੀ ਭਾਜੀ ਕਰੀਏ ਫਿਰ ਕਰੋ ਫਿਰ ਬਹਿ ਜਾਓ ਸੱਜ ਕੇ ਤੇ ਕਹਿ ਦੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਔਰ ਗੁਰੂ ਸਵਾਰੀ ਸਾਧ ਸੰਗਤ ਜੀ ਸੱਜੇ ਹੋਏ ਦੀਵਾਨਾਂ ਅੰਦਰ ਆਓ ਸੰਗਤਾਂ ਰਾਹੀਂ ਦੋ ਕਵਿਸ਼ਰੀਆਂ ਦੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਗੁਰੂ ਘਰ ਦਾ ਜਸ 2 ਮਿੰਟ ਵਾਲੇ ਸੁਣਾ ਕੇ ਕਰੀਏ ਭਾਈ ਚੱਲ ਤੇਰੇ ਨੈਣੀ ਨਾ ਕਿਸੇ ਅੱਤ ਸੁੰਦਰ ਨੇ ਤੱਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਹਿਕਾਂ ਕੁਲੀਆਂ ਨੇ ਜੋ ਹੋਸ਼ ਪਲਾ ਦੇ ਚਿੰਤਾਂ ਦੀ ਸਾਹਾਂ ਵਿੱਚ ਮਹਿਕਾਂ ਕੁਲੀਆਂ ਨੇ ਜੋ ਹੋਸ਼ ਪਲਾ ਦੇ ਚਿੰਤਾਂ ਦੀ ਤੇਰੀ ਚਾਂਝ 'ਚ ਖਿੜਕੀ ਨੱਚ ਉੱਠਦੀ ਮੈਂ ਫਫਲ ਵਿਚਾਲੀ ਦਾਸ ਤੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਓ ਜਦ ਰਹੇ ਤਾਂ ਜੀਂਦਾ ਹਾਂ ਜੇ ਵਿਛੜੇ ਤਾਂ ਮਰ ਜਾਂਦਾ ਹਾਂ ਜੰਦ ਪ੍ਰੀਤ ਹੁਲਾਰਾ ਦਿੰਦੀ ਹੈ ਮੈਂ ਸੌ ਸਾਗਰ ਤਰ ਜਾਂਦਾ ਹਾਂ ਜੰਦ ਪ੍ਰੀਤ ਹੁਲਾਰਾ ਦਿੰਦੀ ਹੈ ਮੈਂ ਸੌ ਸਾਗਰ ਤਰ ਜਾਂਦਾ ਹਾਂ ਬਾਜੀ ਉਹ ਬਿਲਕੁਲ ਜੀ ਮਤਲਬ ਤੁਸੀਂ
ਜਿਹੜੀਆਂ ਗਲਤੀਆਂ ਨੇ ਉਹ ਤੁਸੀਂ ਆਪ ਸਾਰੇ ਦਰਸ਼ਕ ਮਾਫ਼ ਕਰਨ ਯੋਗ ਹੋ, ਕਿਉਂਕਿ ਜੇ ਚੀਜ਼ ਪੜ੍ਹ ਕੇ ਬੋਲੀ ਹੋਵੇ ਤਾਂ ਉਹ ਬੰਦੇ ਦੀਆਂ ਲਾਈਨਾਂ ਸਮਝ ਹੁੰਦੀਆਂ ਨੇ ਕਿ ਆਹ ਚੀਜ਼ ਕੀ ਲਿਖੀ ਆ। ਜਦੋਂ ਕਿਸੇ ਚੀਜ਼ ਨੂੰ ਸੁਣ ਕੇ ਗਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਅਕਸਰ ਹੀ ਇਹ ਚੀਜ਼ ਭੁੱਲ ਹੋ ਜਾਂਦੀ ਹੈ ਕਿ ਕਿਹੜਾ ਸ਼ਬਦ ਕਿੱਥੇ ਕਿੱਦਾਂ ਅਤੇ ਕਿਵੇਂ ਬੋਲਿਆ ਗਿਆ। ਸੋ ਆਵਾਜ਼ ਦੀ ਗੱਲ ਕਰੀਏ ਤਾਂ ਆਵਾਜ਼ ਵਾਕਿਆ ਹੀ ਬਹੁਤ ਖੂਬਸੂਰਤ ਹੈ ਅਤੇ ਗਰੀਬੀ ਦੇ ਵਿੱਚ ਜੂਝ ਰਿਹਾ ਹੈ ਨੌਜਵਾਨ ਅਤੇ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਨਾਮ ਪੂਰਾ ਸਰਵਨ ਸਿੰਘ ਹੈ। ਅਤੇ ਸਰਵਨ, ਜਦੋਂ ਤੁਸੀਂ ਇੱਦਾਂ ਕੁਇਸ਼ਰੀ ਕਰਨ ਜਾਂਦੇ ਹੋ ਜਾਂ ਮੇਲਿਆਂ ਦੇ ਵਿੱਚ ਜਾਂਦੇ ਹੋ, ਫਿਰ ਉੱਥੇ ਕਿੰਨੇ ਕੁ ਪੈਸੇ ਬਣ ਜਾਂਦੇ ਨੇ? ਭਾਅ ਜੀ, ਮੰਨ ਕੇ ਚਲੋ ਵੀ 250 ਰੁਪਈਆ ਹੋਈ ਜਾਂਦਾ ਜੀ। ਬਸ, ਹਾਂਜੀ। ਕਿੰਨਾ ਟਾਈਮ ਦਿੰਦੇ ਨੇ ਉੱਥੇ ਗਾਉਣ ਨੂੰ? ਹਾਂਜੀ, 2 ਘੰਟਿਆਂ ਦੇ 1 ਮਿੰਟ ਦਿੰਦੇ ਬਸ। ਤੁਹਾਨੂੰ ਪਤਾ ਕਮੇਟੀ ਵਾਲਿਆਂ ਦੀ ਫਿਰ ਮਰਜ਼ੀ ਹੁੰਦੀ ਨਾ, ਉਸ ਹਿਸਾਬ ਨਾਲ। ਪਰ ਹੁਣ ਤਾਂ ਮਸ਼ਹੂਰ ਬੰਦਾ, ਹੁਣ ਤਾਂ ਵੱਧ ਦੇਣਾ ਚਾਹੀਦਾ। ਹਾਂਜੀ ਹਾਂਜੀ। ਹੁਣ ਨਹੀਂ ਕਦੇ ਮੇਲਾ ਲਾਉਣ ਜਾਣਾ? ਨਹੀਂ, ਮੈਂ ਹੁਣ ਜਾਂਦਾ ਨਹੀਂ ਭਾਅ ਜੀ। ਕਿਉਂ? ਹੁਣ ਉੱਦਣ ਦੀ ਆਪਾਂ ਘਰੇ ਹੀ ਰਹੀਦਾ ਹੁਣ, ਐਵੇਂ ਤੁਹਾਨੂੰ ਆਖਾਂ। ਰੀਲ ਕਿਵੇਂ ਸੋਚ ਕੇ, ਗਾਣਾ ਕਿਵੇਂ ਲੱਭ ਦਿੰਦੇ ਕਿ ਆਹ ਗਾਣੇ ਅੱਜ ਮੈਂ ਰੀਲ ਬਣਾਉਣੀ ਹੈ? ਭਾਅ ਜੀ, ਇਹ ਤਾਂ ਮੇਰੇ ਮਨ 'ਚ ਹੀ ਸ਼ੌਂਕ ਆ ਕੇ ਗਾਉਣ ਦਾ। ਮੈਂ ਜਿੱਥੇ ਨਹੀਂ ਕਿਤੇ, ਭਾਵੇਂ ਬਾਹਰ ਨੂੰ ਚੱਲ ਜਾ ਅਤੇ ਭਾਵੇਂ ਜਿੱਥੇ ਮਰਜ਼ੀ, ਮੰਨ ਲਓ ਕਿਤੇ ਵੀ ਜਾਵਾਂ ਅਤੇ ਉੱਥੇ ਜਾ ਕੇ ਵੀਡੀਓ ਬਣਾ ਲਈਦੀ, ਫਿਰ ਗਾੜੀ ਬਣਾ ਕੇ ਅਤੇ ਗਾੜੀ ਸ਼ੇਅਰ ਕਰ ਦਿੰਦਾ ਮੈਂ ਫੇਸਬੁੱਕ 'ਤੇ। ਫੇਸਬੁੱਕ 'ਤੇ ਮੇਰੇ ਨਾਲ ਬੰਦੇ ਬੜੇ ਆਏ ਆ। ਅੱਛਾ, ਤੂੰ ਫਿਰ ਚੁੱਕ ਕੇ ਯਾਰ ਜੱਸੜ ਦਾ ਤੂੰ ਫੈਨ, ਪਰ ਜੱਸੜ ਦੀਆਂ ਮੁੱਛਾਂ ਤੇਰੀਆਂ ਮੁੱਛਾਂ ਨਹੀਂ ਹੈਗੀਆਂ ਭਾਅ ਜੀ। ਉਹ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਪਊ ਫਰਕ ਦੇ ਹਜੇ ਤਾਂ ਕਰਕੇ ਦਿਖਾਈ ਮੁੱਛਾਂ ਲੈ ਯਾਰ ਕਰ ਦਿੰਦੇ ਯਾਰ। ਹਾਂ, ਠੀਕ ਹੈ ਭਾਅ ਜੀ, ਮੌਜੀ ਬੰਦਾ ਹਨਾ। ਹਾਂਜੀ, ਸ਼ੁਰੂ ਤੋਂ ਇੱਦਾਂ ਦਾ ਸੁਭਾਅ ਆ ਕਿ ਹਾਂ ਵੀ ਜਿੱਥੇ ਮਰਜ਼ੀ ਬਸ ਗਾਉਣਾ ਸਟਾਰਟ ਕਰ ਦਿਓ। ਹਾਂਜੀ ਭਾਅ ਜੀ, ਉਹ ਸੰਗ ਸ਼ਰਮ ਨਹੀਂ ਲੱਗਦੀ ਕਿ ਯਾਰ ਮੈਂ ਸੜਕ ਤੇ ਉਰ ਰਿਹਾ ਨਾ, ਮੈਂ ਵੀਡੀਓ ਬਣਾਉਂਗਾ ਯਾਰ ਲੋਕੀ। ਨਹੀਂ ਨਹੀਂ ਭਾਅ ਜੀ, ਉਹ ਸੰਗਣ ਵਾਲਾ ਕੰਮ ਤੇ ਉਹ ਲਾ ਹੀ ਦਿੱਤਾ ਨਾ, ਜਿਹੜਾ ਸੰਗ ਗਿਆ ਬੰਦਾ ਉਹ ਅੱਗੇ ਨਹੀਂ ਜਾਂਦਾ, ਤੁਹਾਨੂੰ ਵੀ ਪਤਾ ਹੀ ਆ। ਅੱਛਾ, ਹਾਂਜੀ ਆਪਣੇ। ਨਹੀਂ ਪਰ ਯਾਰ ਫਿਰ ਵੀ ਹੈਗਾ, ਪੈ ਤੇ ਤੁਰਿਆ ਜਾਂਦਾ ਹੋਵੇ ਲਾਗੇ, ਉਹ ਤੁਹਾਡੇ ਸੀਰੀ ਆ ਹਨਾ, ਜਾਂ ਲੋਕੀ ਮਟਰ ਤੋੜ ਦਿੰਦੇ, ਉਹ ਵੇਂਦੇ ਨਹੀਂ ਹੁੰਦੇ ਵੀ ਯਾਰ ਆਹ ਕੀ ਕਰਦਾ ਜਾਂਦਾ? ਨਹੀਂ, ਕਈ ਭਾਅ ਜੀ ਆਵਾਜ਼ ਮਾਰ ਲੈਂਦੇ ਆਪਾਂ ਨੂੰ ਖੁਸ਼ੀ ਨਾ ਇਹਦੇ, ਇਹਨਾਂ ਨੂੰ ਖੁਸ਼ੀ ਇੰਨੀ ਹੁੰਦੀ ਮਟਰ ਵਾਲਿਆਂ ਨੂੰ ਵੀ ਭਾਅ ਜੀ ਸੁਣਾ ਕੇ ਜਾਓ ਇੱਕ ਨਿਊ ਸੌਂਗ। ਅੱਛਾ, ਇਹ ਕਾਹਤੋਂ ਸੁਣਦੇ ਆ? ਆ ਮੈਨੂੰ ਨਹੀਂ ਸੁਣਦੇ, ਇਹ ਆਵਾਜ਼ ਦੇ ਸਿਰ ਤੇ ਬੰਦਾ। ਤੁਹਾਨੂੰ ਪਤਾ ਕਿ ਇਸ ਬੰਦੇ ਦੀ ਆਵਾਜ਼ ਇੱਤੇ ਤਰ੍ਹਾਂ ਦੀ ਹੁੰਦੀ ਆ, ਤੇ ਆਵਾਜ਼ ਨੂੰ ਸੁਣਦੇ ਆਪਾਂ ਨੂੰ ਨਹੀਂ ਸੁਣਦੇ। ਅੱਛਾ, ਹਾਂ ਤੇ ਕਹੀ ਜਾਂਦੇ ਵੀ ਸੁਣਾ ਦੇ ਫਿਰ, ਤੂੰ ਵੀ ਵੀਡੀਓ ਬਣਾਉਣ ਦਿਆ ਤੇ ਅਸੀਂ ਵੀ ਵੀਡੀਓ ਬਣਾ ਲਾਂਗੇ ਤੇ ਕੀ ਹੋ ਜੂ ਤੇਰੀ, ਪਾ ਦਾਂਗੇ ਮਸ਼ਹੂਰੀ ਕਰ ਦਾਂਗੇ ਤੇਰੀ, ਤੇ ਇੱਦਾਂ ਜਿੱਥੇ ਕਿਤੇ ਵੀਰ ਭਰਾ ਮਿਲੇ ਤਾਂ ਆਪਾਂ ਵੀਡੀਓ ਬਣਾ ਲਈਦੀ ਹੈ। ਤੇ ਜੱਸੜ ਵਾਲੀ ਪੱਗ ਕਿੱਥੋਂ ਸਿੱਖੀ? ਭਾਅ ਜੀ, ਮੈਂ ਇਹ ਕਾਫੀ ਚਿਰਾਂ ਤੋਂ ਬੰਨਦਾ ਆਇਆ ਜੀ। ਪਹਿਲਾਂ ਮੈਂ ਪੱਗ ਬੰਨਦਾ ਮੰਨ ਕੇ ਚਲੋ ਵੀ ਰਾਜਵਿੰਦੇ ਵਾਲੀ। ਅੱਛਾ, ਪਟਿਆਲਾ ਸ਼ੇ ਜਿਹੜੀ ਮੋਟੇ ਜਿਹੇ ਪਹਿਲਾਂ ਰਾਜਵੀਰ ਜਵੰਦੇ ਦਾ ਫੈਨ ਆ ਮੁੰਡਾ ਹਨਾ? ਨਹੀਂ, ਉਹ ਜਿਹੜੀ ਪਟਿਆਲਾ ਸ਼ੇ ਪੱਗ ਨਹੀਂ ਭਾਈ ਬੰਨਦੇ, ਪੱਗ ਦਾ ਫੈਨ ਕਿ ਰਾਜਵੀਰ ਜਵੰਦੇ ਦਾ? ਭਾਅ ਜੀ ਨਹੀਂ, ਉਹਦਾ ਵੀ ਫੈਨ ਹੈ। ਹਾਂ, ਤੇ ਬਾਕੀ ਮੈਂ ਤੁਹਾਨੂੰ ਦੱਸਣ ਡਿਆ ਵੀ ਜਿਸ ਹਿਸਾਬ ਨਾਲ ਪੱਗ ਬੰਨਦਾ ਨਾ, ਮਤਲਬ ਪੇਚਾਂ ਵਾਲੀ, ਉਦਾਂ ਦੀ ਪੱਗ ਵੀ ਬੰਨ ਕੇ ਛੱਡਤੀ ਆ, ਤੇ ਹੁਣ ਤੁਹਾਨੂੰ ਪਤਾ ਇਹ ਪੱਗ ਦਾ ਟ੍ਰੈਂਡ ਚੱਲਣ ਡਿਆ ਸ਼ਹਿਰ 'ਚ, ਕਿਤੇ ਵੀ ਜਾਓ ਕਿਤੇ, ਤੇ ਮੈਂ ਬਾਕੀ ਕਾਪੀ ਕਰਦਾ ਜੱਸੜ ਦੀ। ਅੱਛਾ, ਤੇ ਆਓ ਜੇ ਕਹਿੰਦੇ ਤੇ ਆਪਾਂ ਨਿਊ ਸੌਂਗ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਬਿਲਕੁਲ ਬਿਲਕੁਲ, ਸੁਣਾਈਏ ਫਿਰ। ਸੁਣਾਓ ਸੁਣਾਓ ਜੀ। ਅੱਖੀਆਂ ਸੁਰਮੇ ਦਾਨੀਆਂ ਵੇ, ਤੈਨੂੰ ਲੱਭਣ ਚਾਹੁੰਦੀਆਂ ਵੇ, ਇੱਕ ਕਰ ਜਿੰਦ ਕਾਨੀ ਵੇ, ਮੈਂ ਦੁਨੀਆ ਸਿੱਕੇ ਟੰਗਦੀ ਵੇ, ਮੈਂ ਸੰਗਦੀ ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ, ਤੜਫੇਰੂ ਵੇ ਲੈ ਸੂ ਵੇ, ਕਦੀ ਹੱਥ ਬੰਨੇ ਟੱਪ ਜੂ ਵੇ, ਤੂੰ ਹੀ ਗਾਨੀ ਮੈਂ ਹੀ ਛਲਾ, ਸਾਡਾ ਦਿਲ ਪੋਲਾ ਜਿਹਾ ਇਕੱਲਾ, ਦਿਲ ਹੈ ਮੇਰਾ ਨਾਮ ਹੈ ਤੇਰਾ, ਚੱਕ ਕੇ ਵੀਣੀ ਦੇ ਵਿੱਚ ਪਾ ਦੇ, ਗੱਲ ਸੁਣ ਲੈ ਵਗਦੀ ਵੇ, ਮੈਂ ਸੰਗਦੀ ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ, ਅਸ਼ਕ ਨੇ ਖਾਰੇ ਖੜੀ ਚ ਬਾਰੇ, ਤੇਰੇ ਲਈ ਪੀਰ ਤੇ ਆ ਲੈ ਸਾਰੇ, ਖਾਲੀ ਦੁਨੀਆ ਚਮਕਣ ਤਾਰੇ, ਗੱਲਾਂ ਕਰਦੇ ਸਾਡੇ ਬਾਰੇ, ਬਸ ਰਚਦੀ ਹੱਕਦਾਰੀ, ਚੱਕ ਹੀਰਨ ਚੱਕਦੀ ਵੇ, ਮੈਂ ਸੰਗਦੀ ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ, ਹੱਥਾਂ ਤੇ ਮਹਿੰਦੀ ਤੇਰਾ ਪੱਲਾ, ਅੱਖਾਂ ਦੀ ਲਾਲੀ ਇਸ਼ਕੇ ਅਵੱਲਾ, ਸਰਵਣਾ ਲਿਖੇ ਸਾਂਸਨ ਤੇਰੇ, ਐਸਾ ਕੀਏ ਦੇ ਵਿੱਚ ਤੇਰੇ, ਕਾਤੋ ਤੇਰੀ ਪੱਗ ਦੇ ਲੱਭ ਕੇ, ਕਾਤੋ ਰੰਗ ਚੁੰਨੀਆਂ ਰੰਗਦੀ ਵੇ, ਮੈਂ ਸੰਗਦੀ ਸੰਗਦੀ ਵੇ, ਰੱਬ ਤੋਂ ਤੈਨੂੰ ਮੰਗਦੀ ਵੇ। ਵੈਲੀ ਚੈਂਤਾ ਆ ਗਿਆ ਉਹ ਪਹਿਲਾਂ ਜੱਸਣਾ ਦਾ ਕਾਕਾ ਇੱਕ ਵਾਰੀ ਹੋਰ। ਮੈਂ ਨਾ ਵਿੱਚ ਉਹ ਜੱਸੜ ਦਾ ਨਾਂ ਨਹੀਂ ਆਉਂਦਾ ਹੁੰਦਾ ਜਿੱਥੇ ਸਰਵਨ ਦਾ ਨਾਂ ਆ ਗਿਆ। ਹਾਂਜੀ ਭਾਅ ਜੀ, ਹਾਂਜੀ, ਤੇ ਆਪਦੇ ਨਾਂ ਕਰ ਲਿਆ ਗਾਣਾ? ਹਾਂਜੀ ਭਾਅ ਜੀ, ਹਾਂਜੀ, ਫਿਰ ਕਾਪੀ ਪੂਰੀ ਆ ਤੇ ਆਪਣਾ ਵੀ ਨਾਂ ਕੀ ਫਿਰ? ਐਂਡ ਤੇ ਵੇਲੀ ਜਾਂਦਾ, ਐਂਡ ਤੇ ਜੱਸੜ ਤਾਂ ਫੇਰ ਆ ਗਿਆ। ਹਾਂਜੀ, ਤੁਹਾਡਾ ਫੋਨ ਪਿਆ, ਸੁਣੀ ਜਾਓ ਗੱਲ, ਅਜੇ ਤਾਂ ਤੁਹਾਡਾ ਫੋਨ ਆ, ਠੀਕ ਆ,
ਇਹਦੇ ਵਿੱਚ ਪਹਿਲਾਂ ਤਾਂ ਮੈਂ ਗਾਣਾ ਸੁਣਨਾ ਵੀ ਕਿਹੜਾ ਬੋਲਣਾ। ਅੱਛਾ, ਜਿਹੜਾ ਆਪਣੇ ਦਿਮਾਗ 'ਚ ਆ ਗਿਆ ਤਾਂ ਉਹ ਰੀਲ 'ਚ ਕਰ ਦੇਣੀ ਪੇਸ਼, ਅਤੇ ਬਾਕੀ ਕੈਮਰਾ ਕੱਢ ਕੇ ਅਤੇ ਉਹਦੇ ਪਿੱਛੇ ਆ ਕੈਮਰਾ ਵੀ ਕੱਢਤਾ ਲੈ। ਨਹੀਂ ਨਹੀਂ ਉਹ ਤਾਂ ਸੁਣ ਦੱਸਣ ਡਿਆ ਨਾ ਮੈਂ ਵੀ ਅੱਜ ਤਾਂ ਫੋਨ ਆ ਅਤੇ ਮੰਨ ਲਓ ਇੱਕ ਦੋ ਵਾਰੀ ਮੈਂ ਗਾਣਾ ਸੁਣਨਾ ਵਾਂ ਅਤੇ ਬਾਕੀ ਜਿਹੜਾ ਤੁਹਾਨੂੰ ਪਤਾ ਦਿਮਾਗ 'ਚ ਆ ਜਾ ਉਹ ਬੋਲ ਦੇਣਾ। ਹਾਂ, ਮੈਂ ਇੱਟ ਲੈਣੀ ਇੱਕ ਇੱਟ। ਹਾਂਜੀ, ਇੱਕ ਕਰਨੀ ਮੇਰਾ ਫੋਨ ਨਾ ਪੈਂਦੇ, ਮੇਰਾ ਫੋਨ ਨਾ ਪੈਂਦੇ। ਮੈਂ ਤੁਹਾਨੂੰ ਦੱਸਣ ਲੱਗਾ ਭਾਜੀ, ਇੱਟ ਲੈਣੀ ਇੱਕ ਮੈਂ। ਤੂੰ ਫੋਨ ਦੇ ਦੇ ਜਿਸ ਤਰ੍ਹਾਂ ਪਿਆ ਵਾ, ਜਿਸ ਤਰ੍ਹਾਂ ਇੱਟ ਮੰਨ ਲਓ ਜੋੜਾ ਲੱਗ ਕੇ ਪਈ ਆ ਅਤੇ ਉਹਦੇ ਬਰਾਬਰ ਤੇ ਪੂਰਾ ਫੋਨ ਰੱਖ ਕੇ ਨਾ। ਅੱਛਾ, ਐਂ ਕਰੇ ਮੈਂ ਟੇਢਾ ਲਾਉਣਾ, ਮੈਂ ਮੇਰਾ ਫੋਨ ਨਾ ਭੰਨਦੀ ਬੜਾ। ਨਹੀਂ ਨਹੀਂ, ਸਿੱਧਾ ਫੋਨ ਰੱਖ ਕੇ ਮੈਂ ਤਾਂ ਫੇਰ ਮੈਂ ਉਧਰੋਂ ਤੁਰ ਕੇ ਤੇ ਵੀਡੀਓ ਬਣਾ ਕੇ ਤੇ ਗੱਲ। ਅੱਛਾ, ਫੇਰ ਰੀਲ ਬਣਾਉਣੀ ਆ? ਹਾਂ, ਫੇਰ ਠੀਕ ਆ। ਮੈਂ ਮੇਰਾ ਫੋਨ ਨਾ ਭੰਨ ਦਿੰਦਾ। ਨਹੀਂ ਨਹੀਂ ਰੱਖ ਲਓ। ਨਹੀਂ ਨਹੀਂ ਭਾਜੀ, ਉਹ ਦੱਸਿਆ ਮੈਂ ਤੁਹਾਨੂੰ ਤਰੀਕਾ। ਨਹੀਂ, ਨਾਲੇ ਤੂੰ ਐਂ ਕਰਕੇ ਫੋਨ ਐਂ ਨਹੀਂ ਬਣਾਉਂਦਾ ਹੁੰਦਾ। ਇਸ ਤਰ੍ਹਾਂ ਵੀ ਕਈ ਯਾਰ ਬਣਾ ਲਈਦੀ ਆ ਤੇ ਪਰ ਜੇ ਕਲੀਅਰ ਨਾ ਸਾਫ਼ ਆਵੇ ਤਾਂ ਫੇਰ ਮੈਂ ਰੱਖ ਕੇ ਬਣਾਉਣਾ ਫੋਨ। ਅੱਛਾ, ਹਾਂ ਤੇ ਯਾਰ ਸਿੰਪਲ ਵੀਡੀਓ ਬਣਾਉਂ, ਫਿਲਟਰ ਫੂਟਰ ਨਹੀਂ ਲਾਉਂਦਾ ਕੀ ਚੱਕਰ? ਉਦਾਂ ਭਾਜੀ ਮੈਨੂੰ ਸ਼ੌਂਕ ਨਹੀਂ ਫਿਲਟਰ ਲਾਉਣ ਦਾ। ਕਿਉਂ? ਉਦਾਂ ਭਾਜੀ ਯਾਰ ਫਿਲਟਰ ਲਾ ਕੇ ਬੰਦਾ ਸਗੋਂ ਵਾਵਾ ਨਿਖਾਰ ਆ ਜਾਂਦਾ ਮੂੰਹ ਤੇ। ਨਹੀਂ ਨਹੀਂ ਭਾਜੀ, ਨਹੀਂ ਆਪਾਂ ਨੂੰ ਸ਼ੌਂਕ ਨਹੀਂ ਆਉਂਦੇ, ਆਪਾਂ ਜਿੱਦਾਂ ਦੇ ਮਤਲਬ ਮਹਾਰਾਜ ਨੇ ਬਣਾਇਆ ਉਦਾਂ ਦੇ ਰਹੀਦਾ। ਬਾਕੀ ਹਾਂ, ਮੈਨੂੰ ਜਿੰਨਾ ਮਰਜ਼ੀ ਮਾੜਾ ਕੋਈ ਕਹੇ, ਆਪਾਂ ਕਿਸੇ ਨੂੰ ਅਜੇ ਤੱਕ ਮਾੜਾ ਨਹੀਂ ਕਿਹਾ, ਉਹ ਬੰਦਾ ਸੁਣਦਾ ਭਾਵੇਂ ਪੁੱਛ ਲਓ। ਕਿਉਂ? ਆਪਾਂ ਉੱਦਾਂ ਆਪਣੀ ਮਸਤੀ ਜੀ ਲੱਗੇ ਰਹੀਦਾ। ਅੱਛਾ, ਮੇਰੇ ਦਿਨ ਭਾਜੀ ਹੁਣ ਤੁਹਾਨੂੰ ਕੀ ਗੱਲ ਦੱਸਾਂ, ਇੱਕ ਦਿਨ ਗੱਡੀ ਵੱਜ ਗਈ ਮੇਰੇ 'ਚ। ਤੇਰੇ 'ਚ? ਹਾਂ। ਕਿੱਦਾਂ? ਖੁਦ ਖੁਦ ਗੱਡੀ ਵੱਜ ਗਈ? ਹਾਂ, ਆਪੇ ਹੀ। ਹਾਂ, ਨਹੀਂ ਉਹ ਮਗਰੋਂ ਆਉਂਦੀ ਜਦੋਂ ਤੁਸੀਂ ਨਹੀਂ ਆਏ। ਤੁਹਾਨੂੰ ਲੱਗਾ ਗੱਲ ਦੱਸਣ, ਮੰਨ ਕੇ ਚਲੋ ਵੀ ਮੈਂ ਹੈੱਡਫੋਨ ਲਾ ਕੇ ਮੰਨ ਲਓ ਘਰੋਂ ਬਾਹਰ ਨਿਕਲਿਆ, ਜਿੱਦਾਂ ਆਪਾਂ ਗੱਡੀ 'ਤੇ ਚੜ੍ਹ ਲੱਗੇ ਹਾਂ, ਮੈਂ ਘਰੋਂ ਬਾਹਰ ਨਿਕਲਿਆ, ਠੀਕ ਆ, ਹੈੱਡਫੋਨ ਮੇਰੇ ਲੱਗੇ ਸੀ, ਐਡਾ ਪਰਨਾ ਪੁਰਨਾ ਬੰਨਿਆ, ਹੈੱਡਫੋਨ ਲੱਗੇ ਸੀ, ਮੈਂ ਆਪਣੀ ਮਸਤੀ ਦੇ ਵਿੱਚ ਲੱਗਾ ਜਾਣ ਡਿਆ ਗਾੜੀ, ਅਤੇ ਉਹ ਬੰਦਾ ਗੱਡੀ ਲਈ ਆਵੇ ਦੁੱਧ ਵਾਲੀ ਵੱਡੀ, ਅਤੇ ਉਹ ਬੰਦੇ ਨੇ ਮੇਰੇ ਟੱਕਰ ਮਾਰ ਗਿਆ ਜਾਣਦਾ ਮੈਨੂੰ। ਅੱਛਾ, ਅਤੇ ਮੈਂ ਫਿਰ ਪਿਛਾ ਭੋਂ ਕੇ ਮੁੜ ਕੇ ਵੇਖਿਆ ਅਤੇ ਮੈਨੂੰ ਸੁਣਦਾ ਸੁਣਦਾ ਹੀ ਉੱਦਾਂ ਗੱਡੀ ਦੀ ਬੈਕ ਸਾਈਡ ਲੱਗ ਗਈ ਮਾੜੀ ਜੀ, ਪੂਰੀ ਵਿੱਚ ਵੱਜਦੀ ਰਹਿਣਾ ਕੁਝ ਨਹੀਂ। ਹਾਂਜੀ, ਤੇ ਫੇਰ ਉਹ ਮੈਂ ਪੂਰੀ ਆਵਾਜ਼ ਛੱਡ ਕੇ ਹੈੱਡਫੋਨ ਲਾਏ ਸੀ, ਜੋ ਹੈੱਡਫੋਨ ਲਾਏ ਹੋਣ ਨਾ ਮੈਂ, ਭਾਵੇਂ ਕੋਈ ਬੰਦਾ ਮੈਨੂੰ ਪਿੰਡ ਦਾ ਆਵਾਜ਼ ਦੇਵੇ ਨਾ, ਮੈਂ ਅਜੇ ਤੱਕ ਕਿਸੇ ਦੀ ਗੱਲ ਨਹੀਂ ਸੁਣੀ। ਮਾਨਾ ਨਾ ਉਹਨਾਂ 2 ਮਿੰਟ ਪਲੈਸਰ ਵਾਲ ਫੋਨ ਆ ਰਿਹਾ। ਕਿਹਦਾ ਫੋਨ ਆ ਰਿਹਾ? ਪਲਸਰ ਵਾਲ ਫੋਨ ਆ ਰਿਹਾ। ਨਹੀਂ, ਪਹਿਲਾਂ ਕੀ ਕਿਹਾ ਸੀ? ਪਲਸਰ ਵਾਲ ਭਾਈ, ਕਿ ਬੰਦਾ ਵਾ ਨਾ ਆਪਾਂ ਨੂੰ ਮਤਲਬ ਮਹਾਰਾਜ ਲੋ ਆਪਾਂ ਨੂੰ ਵੀ ਚਲੋ ਹੁਕਮ ਹੋਇਆ ਵਾ। ਨਹੀਂ ਫਿਰ ਅਗਲਾ ਬੰਦਾ ਇਹ ਨਹੀਂ ਕਹਿੰਦਾ ਵੀ ਹੈੱਡਫੋਨ ਲਾਏ, ਆਪਦੀ ਮਰਜ਼ੀ ਤੁਰੇ ਜਾਂਦਾ, ਬੰਦੇ 'ਚ ਐਟੀਟਿਊਡ ਆ ਗਿਆ। ਹਾਂ, ਮੈਨੂੰ ਕੀ ਕਹਿ ਦਿੰਦੇ ਆ ਤੇ ਲੈ ਯਾਰ ਫੁਗਰੀ ਮਾਰੀ ਜਾਂਦਾ, ਗੱਲ ਨਹੀਂ ਸੁਣਦਾ। ਆਹੋ, ਕਹਿ ਦਿੰਦੇ ਐਟੀਟਿਊਡ ਆ ਗਿਆ ਬੰਦੇ 'ਚ, ਵੱਡਾ ਬੰਦਾ ਹੋ ਗਿਆ। ਹਾਂਜੀ, ਆਉਣ ਵਾਲਾ ਸਮਾਂ ਤੇਰੇ ਬਾਈ ਦਾ। ਨਹੀਂ ਨਹੀਂ, ਐਂ ਹੀ ਆਉਣ ਵਾਲਾ ਸਮਾਂ ਤੇਰੇ ਬਾਈ ਦਾ। ਅੱਛਾ, ਆਉਣ ਵਾਲਾ ਸਮਾਂ ਮੰਨ, ਐਂ ਨਹੀਂ ਬਾਈ ਨਹੀਂ ਮੁੱਖ ਮੰਤਰੀ ਦਾ, ਆਪਾਂ ਮੱਝਦੇ ਹਾਂ। ਹਾਂਜੀ ਹਾਂਜੀ, ਹਾਂ ਆਉਣ ਵਾਲਾ ਸਮਾਂ ਭਾਵਾਂ ਦਾ। ਠੀਕ ਭਾਜੀ, ਯਾਰ ਤੁਹਾਡੀ ਫਰੈਸ਼ ਤੇ ਕਰ ਦਿੰਦੇ ਹਾਂ। ਕੀ ਕਰ ਦਿੰਦੇ? ਆਉਣ ਵਾਲਾ ਸਮਾਂ ਤੇਰੇ ਭਾਊ ਦਾ, ਮੁੱਖ ਮੰਤਰੀ ਤੂੰ ਦਾ ਆਉਣ ਵਾਲਾ ਸਮਾਂ। ਅੱਛਾ, ਹਾਂਜੀ, ਫਿਰ ਇੱਕ ਵਾਰ ਮੁੱਛਾਂ ਨੂੰ ਵੱਟ। ਹਾਂਜੀ, ਦਾੜੀ ਕੱਟੀ ਗਈ ਹੈ ਹੀ? ਨਹੀਂ ਨਹੀਂ ਭਾਜੀ, ਆਪਾਂ ਨਹੀਂ ਕਟਾਈ। ਫਿਸਕੋ ਲਾ ਕੇ ਨਾਲ ਜੋੜ ਦਿਆ ਕਰ। ਨਹੀਂ ਨਹੀਂ ਭਾਜੀ, ਮੈਂ ਕੋਈ ਖੂ ਨਹੀਂ ਕਰਦਾ, ਬਸ ਇੱਦਾਂ ਆਪਣੀ ਤੁਹਾਨੂੰ ਦੱਸਣ ਡਿਆ, ਮਸਤੀ 'ਚ ਰਹੀਦਾ। ਹਾਂ ਭਾਜੀ, ਮੈਂ ਤੁਹਾਨੂੰ ਝੂਠ ਨਹੀਂ ਮਾਰਨਾ, ਆਪਾਂ ਰਹਿਤ ਰੱਖੀ ਆ, ਬਾਕੀ ਮੈਂ ਪਹਿਲਾਂ 2 ਵਾਰੀ ਦਾੜੀ ਕਟਾਈ, ਉਸ ਤੋਂ ਬਾਅਦ ਨਹੀਂ ਕਟਾਈ ਮੈਂ। ਅੱਛਾ, ਹਾਂਜੀ, ਮੇਰੇ ਮਨ 'ਚ ਸ਼ੌਂਕ ਹੀ ਇੰਨਾ ਆ ਗਿਆ, ਦੁਮਾਲਾ ਦੁਮੂਲਾ ਬੰਨਦਾ ਨਾ ਅਤੇ ਨਗਰ ਕੀਰਤਨ 'ਚ ਜਾਂਦਾ, ਸਾਡੇ ਪਿੰਡ ਉਹ ਮੁੰਡੇ ਅੱਧੇ ਹੋ ਜ਼ਿਆਦਾ ਪਾਠ ਸਿੱਖੇ ਆ, ਅਤੇ ਉਹਦੇ ਮੈਨੂੰ ਵੀ ਆਉਂਦੇ ਆ ਜਾ ਕਰ, ਅਤੇ ਮੈਂ 2 ਕੁ ਦਿਨ ਗਿਆ, ਅਤੇ ਮੈਨੂੰ ਪਤਾ ਨਹੀਂ ਮੁੰਡੇ ਨੇ ਕੀ ਕਹਿ ਤਾ, ਉਸ ਤੋਂ ਬਾਅਦ ਮੈਂ ਗਿਆ ਨਹੀਂ। ਕਿਉਂ, ਕੀ ਗਿਆ ਮੁੰਡੇ ਨੇ? ਜੱਟਾਂ ਦਾ ਮੁੰਡਾ ਹੀ ਲੜ ਪਿਆ ਮੇਰੇ ਨਾਲ, ਮੈਨੂੰ ਐਂ ਜਵਾਬ ਆਉਂਦਾ ਸੀ ਫੋਨ 'ਤੇ, ਆਉਂਦਾ ਮੈਨੂੰ ਆਉਂਦਾ ਕਿੰਨਾ ਟੱਕਰਿਆ ਰਹਿੰਦਾ ਦੱਸ। ਅੱਛਾ, ਅਤੇ ਮੈਂ ਮੇਰੀ ਪਲਸਰ ਵਾਲੀ ਗੱਲ ਤੈਨੂੰ ਕਿਉਂ ਦੱਸਾਂ ਮੈਂ? ਤੂੰ ਵੀ ਚੁੱਕੀ ਲੈਣੇ ਵੇਲੇ ਲੈਣੇ ਤੂੰ ਵਿੱਚੋਂ। ਨਹੀਂ ਨਹੀਂ, ਸਹੇਲੀ ਸੁਹਲੀ ਨੂੰ ਤਾਂ ਹੀ ਲੱਗਾ ਰਹਿੰਦਾ ਹੁਣ ਫੋਨ 'ਤੇ। ਮੈਂ ਆ ਨਾ ਭਾਜੀ, ਤੁਹਾਨੂੰ ਹੁਣ ਕੀ ਮੰਨ ਕੇ ਚਲੋ ਵੀ ਨਹੀਂ? ਕਿੰਨੀਆਂ ਕੁ ਨੇ? ਨਹੀਂ ਨਹੀਂ ਭਾਜੀ, ਸਹੇਲੀ ਨਹੀਂ। ਸੱਚ ਦੱਸ? ਨਹੀਂ ਨਹੀਂ। ਪੱਕੀ ਗੱਲ? ਹਾਂ। ਫਿਰ ਫੋਨ ਕਿਹਦੇ ਕਿਹਦਾ ਹੁੰਦਾ ਰਹਿੰਦਾ ਫੋਨ ਕਰਨ 'ਤੇ? ਉਹ ਯਾਰ ਗਾਣੇ ਲਾਏ ਭਾਜੀ ਮੈਂ। ਅੱਛਾ, ਗਾਣੇ ਸੁਣਦਾ ਨਾ? ਹਾਂ, ਗਾਣੇ ਸੁਣ ਡਿਆ ਸੀ ਕਿਤੇ, ਜਾਂ ਮੰਨ ਲਓ ਸ਼ਬਦ ਲੱਗਾ ਮੇਰੇ ਫੋਨ 'ਚ, ਅਤੇ ਇਹ ਬੰਦੇ ਕੋਲ ਮੈਂ ਪਾਠ ਸਿੱਖਣ ਜਾਂਦਾ, ਅੱਧੇ ਜ਼ਿਆਦਾ ਤੁਹਾਨੂੰ ਦੱਸਣ ਡਿਆ ਮੁੰਡੇ ਪਾਠ ਸਿੱਖੇ ਆ, ਅਤੇ ਗੁਰਦੁਆਰੇ ਹੋਰ ਕੋਈ ਨਹੀਂ ਫੋਨ ਕੱਢਦਾ, ਬਾਕੀ ਤੁਹਾਨੂੰ ਪਤਾ ਵੱਡੇ ਬੰਦਿਆਂ ਕੋਲ ਹੁੰਦਾ ਹੀ ਫੋਨ ਜਿਹੜੇ ਮਤਲਬ ਪੜਾਉਂਦੇ ਆ, ਅਤੇ ਮੈਂ ਵੀ ਇੱਕ ਦਿਨ ਫੋਨ ਲੈ ਗਿਆ, ਉਹਦੇ ਚਾਵਾਂ ਚਾਵਾਂ 'ਚ ਮੈਂ ਵੀ ਲੈ ਗਿਆ, ਮੈਨੂੰ ਕਿਸੇ ਬੰਦੇ ਦਾ ਫੋਨ ਆਇਆ ਇਹਨਾਂ ਤਾਂ ਬਾਹਰ ਆਈ ਮਾੜਾ ਆ, ਅਤੇ ਮੈਂ ਉਸੇ ਵੇਲੇ ਫੋਨ ਕੱਟ ਕੇ ਅਤੇ ਫਿਰ ਗਾਣਿਆਂ ਲਾ ਕੇ ਅਤੇ ਫਿਰ ਮੈਂ ਆਪਣੀ ਮਸਤੀ 'ਚ ਲੱਗਾ ਰਿਹਾ, ਅਤੇ ਮੈਨੂੰ ਅਗਲੇ ਦਿਨ ਕਹਿੰਦਾ ਵੀ ਕਾਪੀ ਪੈੱਨ ਲੈ ਕੇ ਅਤੇ ਮੈਨੂੰ ਉੱਤਰ ਸੁਣਾ ਕੀ ਲਿਖਿਆ, ਅਤੇ ਮੈਂ ਯਾਰ ਉੱਤਰ ਸੁਣਾ ਦਿੰਦਾ ਉੱਦਾਂ, ਕਹਿ ਤੂੰ ਆਪਣੇ ਪ੍ਰੇਮ ਪਿਆਰ ਨਾਲ ਵੀ ਵੀਰ ਉੱਤਰ ਸੁਣਾ, ਮਾਂ ਤੂੰ ਤਾਂ ਮੈਨੂੰ ਹੋਰ ਕੁਝ ਬੋਲਣ ਡਿਆ, ਮੁੜ ਕੇ ਇੱਕੋ ਦਿਨ ਮੈਂ ਗਿਆ, ਦੂਜੇ ਦਿਨ ਮੈਂ ਗਿਆ ਨਹੀਂ, ਮੈਨੂੰ ਆਉਂਦਾ ਨਹੀਂ, ਮਾਂ ਯਾਰ ਮੇਰੀ ਮਰਜ਼ੀ, ਆਂਦਾ ਤੂੰ ਪਾਠ ਨਹੀਂ ਸਿੱਖਣਾ ਇੱਕ ਵਾਰੀ ਦੱਸ ਦੇ,
ਬਾਕੀ ਭਾਈ ਤੁਹਾਨੂੰ ਪਤਾ ਦੋ ਕੰਮ ਹੋਣੇ ਨਹੀਂ ਕਹੀਆਂ ਦੇ ਜਾਂ ਕਵੀਸ਼ਰੀ ਗਾਣਾ ਤੇ ਜਾਂ ਫਿਰ ਕਲਾਕਾਰੀ ਤੇਰਾ ਸ਼ੌਂਕ ਕੀ ਹੈ ਸ਼ੌਂਕ ਆਪਣਾ ਹਣ ਕਲਾਕਾਰੀ ਦਾ ਹੀ ਹੈ ਕੋਈ ਭਾਜੀ ਵੀ ਸਿੱਧੀ ਆਨਲਾਈਨ ਸਟੇਟ ਹੀ ਲਾਈਦੀ ਆ ਆਨਲਾਈਨ ਸਟੇਟ ਉਹ ਕਿੱਦਾਂ ਲੱਗਦੀ ਯਾਰ ਭਾਜੀ ਮੈਨੂੰ ਫੋਨ ਕਰਕੇ ਦੱਸ ਦੇ ਸਪੈਸ਼ਲ ਠੀਕ ਆ ਵੀ ਭਾਜੀ ਮੈਂ ਪਤਾ ਇਹ ਗੱਲ ਆ ਵੀ ਮੈਂ ਪਰਚੀਆਂ ਮਤਲਬ ਨੰਬਰ ਲਿਖ ਤੇ ਲਿਖ ਕੇ ਰੱਖਦਾ ਪਹਿਲਾਂ ਹੀ ਖਾਸ ਕਰਕੇ ਕਈ ਯਾਰ ਮੈਨੂੰ ਨਹੀਂ ਚੇਤਾ ਰਹਿੰਦਾ ਬੜਾ ਦਿਮਾਗ ਹੈ ਯਾਰ ਤੇਰਾ ਹਾਂਜੀ ਭਾਜੀ ਇੱਕ ਮੈਂ ਕਵੀਸ਼ਰੀ ਲਿਖੀ ਦਸਵੇਂ ਪਾਤਸ਼ਾਹ ਦੀ ਆਪ ਲਿਖੀ ਨਾ ਨਾ ਕਿਸੇ ਕੋ ਲਿਖਾਈ ਚਲੋ ਪੜ੍ਹਨਾ ਤੇ ਆਉਂਦਾ ਨਹੀਂ ਆ ਮੈਂ ਉਹ ਵਰਕੇ ਤੋਂ ਬੋਲੀ ਸੀ ਮੈਨੂੰ ਮੰਨ ਗਏ ਉੱਥੇ ਪਿੰਡ ਲਾਈਨਾਂ ਤੂੰ ਦੱਸਿਆ ਜਾਂ ਮੁੰਡੇ ਨੇ ਬੋਲਿਆ ਨਾ ਮੈਂ ਆਪੇ ਬੋਲੀ ਭਾਜੀ ਉਹ ਕੋ ਲਿਖਾਈ ਮੈਂ ਤੇ ਮੈਨੂੰ ਕਹੀ ਜਾਂਦੇ ਤੈਨੂੰ ਪੜ੍ਹਨਾ ਤੇ ਆਉਂਦਾ ਨਹੀਂ ਤੂੰ ਆਹ ਜਿਹੜੀ ਕਵੀਸ਼ਰੀ ਲਿਖਾਲੀ ਉਹ ਪੜ੍ਹ ਲੇਗਾ ਮਹਾਂ ਤੂੰ ਇੱਕ ਰੀ ਲਿਖ ਦੇ ਜਾਂ ਅਗਲੇ ਦਿਨ ਮੈਨੂੰ ਨਾ ਯਾਦ ਆਊ ਤੇ ਮੈਨੂੰ ਨੀਵੇਂ ਥਾਂ ਦੇ ਭਾਜੀ ਹੋਗੀ ਯਾਦ ਹਾਂ ਮੈਂ ਨਾ ਉੱਥੇ ਬੋਲ ਵੀ ਦਿੱਤੀ ਮੈਂ ਪਾਲਕੀ ਦੇ ਕਿਹੜੀ ਬੋਲ ਕੇ ਸੁਣਾਓ ਫਿਰ ਉਹ ਭਾਜੀ ਹੈਗੀ ਆ ਦੂਸਰੀ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਪਟਨੇ ਚ ਚੰਨ ਚੜਿਆ ਇਹ ਸ਼ਬਦ ਬਾਬਾ ਪੁਰਾਣੇ ਦੇ ਹਾਂ ਇਹ ਬੋਲੇ ਮੈਂ ਉਹ ਤਾਂ ਪੁਰਾਣਾ ਕਿਸੇ ਦਾ ਥੋੜਾ ਨਹੀਂ ਨਹੀਂ ਮੈਂ ਲਿਖਿਆ ਹੀ ਆਪ ਕੋਈ ਕੋ ਲਿਖਾਇਆ ਤੇ ਮੈਂ ਬੋਲਿਆ ਉੱਥੇ ਚੱਲ ਸੁਣਾਓ ਠੀਕ ਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਜੀ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਜੀ ਪਟਨੇ ਚ ਚੰਨ ਚੜਿਆ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਆਨੰਦਪੁਰ ਡੇਰਾ ਲਾਇਆ ਜੀ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ ਜੀ ਪਟਨੇ ਚ ਚੰਦ ਚੜਿਆ ਠੀਕ ਹੈ ਭਾਜੀ ਹੱਥ ਤੇ ਕੀ ਲਿਖਿਆ ਹੱਥ ਤੇ ਲਿਖਿਆ ਭਾਜੀ ਉਹ ਫਿਰ ਦੱਸਣਾ ਪੈਂਦਾ ਨਾ ਕਿ ਬੰਦੇ ਦਾ ਐਟੀਟਿਊਡ ਹੁੰਦਾ ਇਹ ਐਟੀਟਿਊਡ ਕਿਹੜਾ ਆ ਗਿਆ ਭਾਜੀ ਇਹ ਤਾਂ ਪੜ੍ਹ ਕੇ ਬੋਲੇ ਜਾਂਦਾ ਵਾ ਕਾ ਲਿਖਿਆ ਕੁਝ ਆ ਦੇਖ ਲਿਖਿਆ ਕੁਝ ਨਹੀਂ ਤੇ ਇਹਨੂੰ ਕੀ ਦੇਖਦਾ ਕਿ ਇਹ ਤਾਂ ਲਾਈਨਾਂ ਕਿਉਂ ਜਾ ਰਹੀਆਂ ਨੇ ਲੈਣਾ ਤੁਹਾਨੂੰ ਨਹੀਂ ਨਾ ਪਤਾ ਤੇ ਸ਼ੱਤੇ ਹੀ ਕਮੈਂਟ ਕੀਤੀਆਂ ਦਿਮਾਗ ਚ ਕਨੈਕਟ ਕੀਤੀਆਂ ਮੇਰੇ ਨਾਲ ਮੈਂ ਵੀ ਨਾ ਹੁਣ ਇੰਟਰਵਿਊ ਇੱਥੋਂ ਵੇਖ ਕੇ ਕਰਿਆ ਕਰਨੀ ਹਾਂ ਵੀ ਤੂੰ ਸਰਮਥਿਆ ਅਗਲਾ ਸਵਾਲ ਦਾ ਜਵਾਬ ਇੱਥੋਂ ਦੇਣਾ ਹਾਂਜੀ ਭਾਜੀ ਇਹ ਕਿਸੇ ਕਿਸੇ ਬੰਦੇ ਦੀ ਭਾਈ ਐਲੀਟਿਊਡ ਹੁੰਦਾ ਆਓ ਹੁਣ ਤੁਹਾਨੂੰ ਮੈਂ ਜੱਸੜ ਅਰਗ ਬਹਿ ਕੇ ਦਿਖਾਉਣਾ ਜਿਹਦੀ ਮੈਂ ਕਾਪੀ ਕਰਦਾ ਸਹੀ ਭਾਜੀ ਚਲੋ ਭਾਈ ਹੁਣ ਮੈਂ ਬੈਗ ਖੋਲੋ ਕਿੱਥੇ ਬੈਗ ਦਿਖਾਉਣ ਲੱਗਾ ਮੈਂ ਤਾਂ ਇੰਟਰਵਿਊ ਨਾ ਛੱਡ ਗਿਆ ਵੇਲਾ ਵੀਰ ਜੱਸੜ ਇਦਾਂ ਪੈਂਦਾ ਜੋ ਅੱਛਾ ਠੀਕ ਆ ਜਸੜ ਨੇ ਪੈਰੀ ਤਾਂ ਚਪਲਾਂ ਪਾਈਆਂ ਉਹ ਭਾਜੀ ਬੂਟ ਤੇ ਆਪੇ ਲਵਾਏ ਮੈਂ ਜਸੜ ਨੇ ਗੱਲ ਚ ਪਰਨਾ ਨੀ ਪਾਇਆ ਹੁੰਦਾ ਯਾਰ ਭਾਜੀ ਹੁੰਦਾ ਉਹਦੇ ਗਾਣੇ ਚ ਵੇਖਿਓ ਕਿਤੇ ਵੀ ਪਰਨਾ ਪਾਇਆ ਹੁੰਦਾ ਗੱਲ ਪੱਕਾ ਹਾਂ ਐਨਕ ਵੀ ਲਾਈ ਹੁੰਦੀ ਐਨਕ ਆਪਣੀ ਐਨਕ ਕਿੱਥੇ ਆ ਭਾਜੀ ਮੇਰੀ ਐਨਕ ਹੁਣ ਟੁੱਟ ਗਈ ਹੁਣ ਮੈਂ ਨਵੀਂ ਲਿਆਉਣੀ ਉਹ ਕਿਵੇਂ ਟੁੱਟ ਗਈ ਭਾਜੀ ਮੈਨੂੰ ਨਾ ਬੰਦੇ ਬੜੇ ਘੇਰ ਲੈਂਦੇ ਆ ਤੇ ਐਨਕ ਬੜੀ ਵਧੀਆ ਤੇ ਯਾਰ ਸਾਨੂੰ ਦੇ ਦੇ ਤੇਰੇ ਫੱਬ ਦੀ ਨੀ ਰੰਗ ਦੇ ਹਿਸਾਬ ਨਾਲ ਮੈਂ ਰੰਗ ਮਾੜਾ ਯਾਰ ਐਡਾ ਵਧੀਆ ਰੰਗ ਨਹੀਂ ਨਹੀਂ ਮਜ਼ਾਕ ਚ ਕਈ ਗੱਲ ਪਾ ਦਿੰਦੇ ਆ ਜਿਹੜੇ ਪਿੰਡ ਮੈਂ ਲਾ ਕੇ ਜਾਵਾਂ ਨਾ ਜਦ ਮੰਨ ਲਓ ਵੀ ਦਮਾਲੇ ਨਾ ਮੈਂ ਐਨਕ ਲਾ ਲੈਂਦਾ ਇਹੋ ਜਿਹੀ ਗੱਲ ਨੀ ਦਮਾਲਾ ਬਣ ਲਈਦਾ ਵਾ ਦਸਵੇਂ ਪਾਤਸ਼ਾਹ ਅਰਗਾ ਪਰ ਉਹਨਾਂ ਦੀ ਰੀਸ ਨੀ ਮੈਂ ਕਰ ਸਕਦਾ ਕਿਉਂਕਿ ਤੁਹਾਨੂੰ ਪਤਾ ਉਹਨਾਂ ਚਾਰ ਸਾਹਿਬਜ਼ਾਦੇ ਸ਼ਹੀਦ ਕਰਤੇ ਨੀਹਾਂ ਚ ਤੇ ਪਰ ਉਹਨਾਂ ਦਾ ਮੁਕਾਬਲਾ ਨੀ ਮੈਂ ਕਰ ਸਕਦਾ ਹਾਂ ਫਿਰ ਮੈਂ ਇੱਕ ਪਿੰਡ ਚ ਗਿਆ ਤੇ ਦਮਾਲਾ ਬਣ ਕੇ ਤੇ ਮੈਨੂੰ ਆਂਦੇ ਵੀਰ ਐਨਕ ਕਾਹਤੋਂ ਲਾਉਣਾ ਦਮਾਲੇ ਨਾ ਮੈਂ ਬੰਦੇ ਦਾ ਐਲੀਟਿਊਡ ਹੁੰਦਾ ਵਾ ਸ਼ੌਂਕ ਹਾਂ ਫਿਰ ਉੱਥੋਂ ਮੈਨੂੰ ਬੰਦੇ ਲੈ ਗਏ ਚਾਰ ਪੰਜ ਮਤਲਬ ਇਸ ਤਰ੍ਹਾਂ ਹੀ ਆਂਦੇ ਮੇਲਾ ਘੁੰਮੀਏ ਮੈਂ ਚਲੋ ਮੈਂ ਦਮਾਲਾ ਦਮੂਲਾ ਬੰਨਿਆ ਸੈਂਪਲ ਹੀ ਪੈਂਟ ਸ਼ਰਟ ਨਾਲ ਪੈਂਟ ਸ਼ਰਟ ਨਾਲ ਸੈਂਪਲ ਦਮਾਲਾ ਚੱਲਦਾ ਵਾ ਤੇ ਫਿਰ ਮੈਂ ਬੰਨਿਆ ਤੇ ਮਤਲਬ ਰੈਣ ਕੁਣ ਕੇ ਲਾਈ ਜਾਂਦੇ ਯਾਰ ਇਹ ਤੇ ਬੰਦਾ ਪਹਿਲਾਂ ਹੀ ਵੇਖਿਆ ਮੇਲਿਆਂ 'ਚ ਮੈਨੂੰ ਕਈ ਕਹਿ ਦਿੰਦੇ ਜਾਂਦੇ ਤੇ ਬੰਦਾ ਯਾਰ ਪਹਿਲਾਂ ਹੀ ਵੇਖਿਆ ਗਾਉਂਦਾ ਗੂੰਦਾ ਕਿਤੇ ਮੈਂ ਹਾਂ ਭਰਾਵਾ ਮੇਲੇ 'ਚ ਮੈਂ ਆਉਂਦਾ ਹੀ ਰਹਿੰਦਾ ਵਾ ਕਿਸੇ ਵੀ ਮੇਲੇ ਪੁੱਛ ਲਿਓ ਜਾ ਕੇ ਮੁੱਖ ਮੰਤਰੀ ਟੂ ਦੀ ਸਟੇਟ ਹੁੰਦੀ ਤੇ ਨਹੀਂ ਕਹਿੰਦੇ ਨਹੀਂ ਵੀਰ ਤੈਨੂੰ ਤਾਂ ਅਸੀਂ ਆਪ ਵੇਖਿਆ ਗਾਉਂਦੇ ਨੇ ਇੱਕ ਦੋ ਵਾਰੀ ਅਸੀਂ ਕਾਹਤੋਂ ਆਖੀਏ ਫਿਰ ਕਹਿੰਦੇ ਸਾਡੇ ਨਾਲ ਮੇਲਾ ਘੁੰਮੇਗਾ ਮੈਂ ਚਲੋ ਕਿਰਨਾ ਉਜਲਾ ਮੈਂ ਵੇਖ ਆਇਆ ਖੱਖੀ ਪਿੰਡ ਪਰ ਉੱਥੇ ਮੈਂ ਚੜ੍ਹ ਨੂੰ ਮਤਲਬ ਚੜ੍ਹ ਲੱਗਾ ਸਟੇਟ ਤੇ ਪਰ ਪੁਲਿਸ ਵਾਲੇ ਨਹੀਂ ਮੰਨੇ ਅੱਛਾ ਮੈਂ ਸ਼ਾਇਦ ਤੇਰਾ ਐਟੀਟਿਊਡ ਇੰਨਾ ਆ ਗਿਆ ਉੱਥੇ ਤੇ ਵਾਪਸ ਉਤਰ ਕੇ ਆ ਗਿਆ ਮੈਂ ਨਹੀਂ ਨਹੀਂ ਭਾਜੀ ਉੱਥੇ ਮੇਰੀ ਗਾਣੇ ਦੀ ਸ਼ੂਟਿੰਗ ਹੀ ਮੈਂ ਕਈਆਂ ਨੂੰ ਬੋਲ ਕੇ ਵੀਡੀਓ ਪਾਤੀ ਵੀ ਮੇਰਾ ਰੈਪ ਆ ਰਿਹਾ ਕਰਨਾ ਉਜਲੇ ਨਾਲ ਮੁੱਖ ਮੰਤਰੀ 2 ਦਾ ਤੇ ਕਹੀ ਜਾਂਦੇ ਭਾਜੀ ਤੁਸੀਂ ਆਏ ਤਾਂ ਹੈਗੇ ਨਹੀਂ ਸਟੇਟ ਤੇ ਮੈਂ ਮੈਨੂੰ ਖੁਦ ਪੁਲਿਸ ਵਾਲਿਆਂ ਨੇ ਚੜ੍ਹਨ ਦਿੱਤਾ
ਜੇ ਮੈਂ ਕਦੇ ਚੜ ਜਾਣਾ ਤੇ ਭਾਜੀ ਹੱਥ ਕਰਾ ਦੇਣੀ ਪੂਰੀ। ਅੱਛਾ ਹਾਂ, ਪਿੰਡ ਵਾਲਿਆਂ ਨੇ ਵੇਖ ਕੇ ਰਹਿ ਜਾਣਾ ਸੀ ਆਹ ਮੁੱਖ ਮੰਤਰੀ ਟੂ ਹੋਏ। ਸਾਨੂੰ ਪਤਾ ਕਿ ਆਪਣੇ ਚ ਇੱਦਾਂ ਮਤਲਬ ਇੰਨਾ ਐਟੀਟਿਊਡ ਆ। ਹਾਂ, ਇਹ ਐਟੀਟਿਊਡ ਆਇਆ ਕਿੱਥੋਂ ਭਾਜੀ? ਇੱਦਾਂ ਹੀ ਮਤਲਬ ਦਿਮਾਗ 'ਚ ਵੱਸਦਾ ਕਿ ਉਹ ਐਟੀਟਿਊਡ ਤੇ ਐਟੀਟਿਊਡ 'ਚ ਫਰਕ ਕੀ ਹੁੰਦਾ ਵੈਸੇ? ਵੈਸੇ ਹੀ ਮਤਲਬ ਜੇ ਹਿਸਾਬ ਨਾਲ ਗੱਲ ਕੋਈ ਕਰੇ ਤਾਂ ਉਸ ਹਿਸਾਬ ਨਾਲ ਕੂਈਦਾ ਵਾ। ਪਹਿਲੀ ਗੱਲ ਮੈਂ ਕਿਸੇ ਨੂੰ ਮਾੜੀ ਚੰਗੀ ਆਉਂਦਾ ਨਹੀਂ, ਦੂਜੀ ਗੱਲ ਜੇ ਕੋਈ ਕਵੇ ਨਾ ਹਾਂ ਉਹ ਕਿੱਦਾਂ, ਫਿਰ ਆਪਾਂ ਵੀ ਕਹਿ ਦਿੰਦਾ ਹਾਂ ਕੀ ਹਾਲ ਆ ਫਿਰ। ਮੈਂ ਜਦ ਤੂੰ ਵੀ ਗੁੱਸੇ ਨਾ ਕਵਾਉਂਦਾ ਹੋਏ। ਆਹੋ ਨਹੀਂ ਭਾਜੀ, ਜੇ ਕੋਈ ਗੁੱਸੇ ਨਾ ਕੋਵੇ ਵੀ ਹਾਂ ਵੀਰ ਤੂੰ ਜੋ ਆ ਮੈਂ ਤੇਰੇ ਫੋਨ ਲਾ ਕੇ ਕੱਲ੍ਹ ਸੱਦਿਆ ਤੂੰ ਆਇਆ ਨੀ, ਮੈਂ ਨਾ ਨਾ ਵੀਰ ਆਵੇ ਆ ਜੋੜੇ ਹੱਥ ਮੈਂ ਨੀ ਆਉਣਾ। ਕਿਉਂ ਡਰ ਗਿਆ? ਉਦਾਂ ਹੀ। ਅੱਛਾ, ਵੀ ਬੰਦੇ ਰੋਹ ਵੀ ਪੂਰਾ ਹੁੰਦਾ ਕਿ ਮਤਲਬ ਮੈਂ ਨਹੀਂ ਜਾਣਾ ਤੇ ਕਈ ਮੈਨੂੰ ਧੱਕੇ ਨਾ ਲੈ ਜਾਂਦੇ, ਮੈਂ ਨਾ ਨਹੀਂ ਜਾਣਾ ਯਾਰ ਤੂੰ ਮੈਨੂੰ ਗੱਲ ਛੱਡਾ। ਫਿਰ ਸਰ ਮੈਂ ਤੇਰੇ ਫੈਨ ਫੋਲ ਫੈਨ ਕਿੰਨੇ ਕੁ ਨੇ? ਭਾਜੀ ਫੈਨ ਮੰਨ ਕੇ ਚਲੋ ਵੀ ਇੱਕ, ਹੁਣ ਤੁਹਾਨੂੰ ਕੀ ਪਿੰਡ ਗਿਣਾਵਾਂ, ਉੱਥੇ ਮੈਂ ਕਮੈਂਟਰੀ ਕੀਤੀ ਆ, ਲਾਗੇ ਪਿੰਡ ਆ ਵੇ ਇੱਧਰ ਕੁੜੀ ਵਾਲਾ ਮੱਲਾ, ਸੁਣਿਆ ਨਾ ਤੁਸੀਂ? ਮਥਰੇਵਾਲ ਦੇ ਨਾਲ ਆ ਕੁੜੀ ਵਾਲਾ ਮੱਲਾ ਪਿੰਡ, ਤੇ ਭਾਜੀ ਉੱਥੇ ਮੇਰੀ ਕਮੈਂਟਰੀ ਹੋਈ ਮੇਲੇ 'ਚ। ਠੀਕ ਹੈ, ਸੁਣੀ ਜਾਓ ਗੱਲ। ਬਾਬੇ ਸਾਡੇ ਪਿੰਡ ਬਾਬਾ ਵਾ ਇੱਥੇ ਪਾਠ, ਪਹਿਲਾਂ ਪਿੰਡ ਵਾਲੇ ਗੁਰਦੁਆਰੇ ਕਰਦਾ ਸੀ, ਮੁੜ ਕੇ ਉਹਨੇ ਗੁਰਦੁਆਰਾ ਮਾਰ ਲਿਆ ਕੁੜੀ ਵਾਲਾ ਮੱਲੇ। ਠੀਕ ਹੈ, ਸੁਣੀ ਜਾਓ ਗੱਲ। ਉਹਦੀ ਮਤਲਬ ਬਦਲੀ ਹੋ ਗਈ ਨਾ, ਉੱਥੇ ਚਲ ਗਿਆ ਪਿੰਡ ਵਾਲਾ ਗੁਰਦੁਆਰਾ ਮਤਲਬ ਉਹਨੇ ਛੱਡਿਆ ਨਹੀਂ ਆ ਪਾਠ, ਹਜੇ ਵੀ ਕਈ ਵਾਰ ਇੱਥੇ ਆਣ ਕੇ ਕਰਦਾ ਵਾ, ਬਾਕੀ ਉਸ ਤਰ੍ਹਾਂ ਹੀ ਮਤਲਬ ਤੁਹਾਨੂੰ ਪਤਾ ਆਵਾਜ਼ ਦੇ ਸਿਰ 'ਤੇ ਬੰਧਨ ਦਾ ਰਹੇ। ਉੱਥੇ ਬਾਬਾ ਨਹੀਂ ਕੋਈ ਹੈਗਾ, ਤੁਹਾਡੇ ਪਿੰਡ ਦਾ ਬਾਬਾ ਚਲ ਗਿਆ ਉੱਥੇ, ਉੱਥੇ ਹੁਣ ਹਰ ਸਾਲ ਮੇਲਾ ਲੱਗਦਾ ਵਾ। ਇੱਕ ਦਿਨ ਮੈਂ ਇਤਰਾ ਪਰਨਾ ਪੁਰਨਾ ਬੰਨਿਆ ਤੇ ਇਤਰਾ ਮੈਂ ਚਲ ਗਿਆ, ਮੈਨੂੰ ਕਹਿੰਦੇ ਮੰਤਰੀ ਸਾਹਿਬ ਅੱਗੇ ਪਿੱਛੇ ਟੋਰ ਹੁੰਦੀ ਢਾਡੀ ਤਾਂ, ਅੱਜ ਟੋਰ ਕਿੱਧਰ ਗਈ? ਮਾਂ ਅਜੇ ਤਾਂ ਮੈਂ ਮੇਲਾ ਚੈੱਕ ਕਰਨ ਆਇਆ ਵਾਂ, ਅੱਜ ਤਾਂ ਮੈਂ ਆਇਆ ਹੀ ਉਤਰਾਂ ਵਾਂ। ਮਾਂ ਕਿਤੇ ਟੋਰ ਕੱਢਣ ਤੇ ਆ ਜਾਈਏ ਨਾ, ਅੱਗ ਹੀ ਲਾਈ ਦੀ ਵੀਰੇ, ਜੇ ਅਸੀਂ ਟੋਰ ਕੱਢਣ ਤੇ ਆ ਜਾਈਏ ਤੇ ਆਦੇ ਫਿਰ ਤਿਆਰ ਕਿਤੋਂ ਕਿਉਂਣਾ ਆ ਨਾ ਕਰੀ। ਫਿਰ ਅਗਲੇ ਦਿਨ ਮੈਂ ਗਿਆ, ਪੱਗ ਪੁੱਗ ਇਸ ਤਰ੍ਹਾਂ ਬੰਨੀ ਹੋਈ, ਕਿਤੋਂ ਆਏ ਹਾਂ ਪੱਟੀ ਵਾਲੀ ਸਾਈਡ ਤੋਂ, ਉੱਧਰੋਂ ਜਿੱਧਰੋਂ ਭਾਜੀ ਤੁਸੀਂ ਆਈ ਜੀ ਮਤਲਬ ਪੱਟੀ ਮਤਲਬ ਤਰਨ ਤਾਰਨ ਦੇ ਨਾਲ ਪੱਟੀ ਪਿੰਡ ਨਾ, ਉੱਥੇ ਗਿਆ ਮੈਂ ਕੋਈ ਰਿਸ਼ਤੇਦਾਰੀ ਆਪਣਾ, ਮੈਂ ਆਪਣੇ ਭਰਾ ਦੇ ਨਾਲ ਗਿਆ ਵੱਡੇ ਦੇ, ਫਿਰ ਉੱਥੋਂ ਸਿੱਧਾ ਆ ਕੇ ਤੇ ਮੇਲੇ 'ਚ ਚਲ ਗਏ ਅਸੀਂ। ਫਿਰ ਉੱਥੇ ਗੁਰੂਆ ਮੈਂ ਭਾਜੀ ਤੁਹਾਨੂੰ ਕੀ ਦੱਸਾਂ, ਕੋਈ ਮੈਨੂੰ ਜੱਫੀ ਪਾ ਕੇ ਐਨੂੰ ਖੜੇ ਤੇ ਕੋਈ ਐਨੂੰ ਖੜੇ, ਆਂਦੇ ਵੀਰ ਤੇਰੀ ਤੇ ਵੀਡੀਓ ਬੜੀ ਵਾਇਰਲ ਹੋਈ, ਸਾਜਨ ਕਿੱਦਾਂ ਉਹ ਮੁੰਡੇ ਸੇੜੀ ਜਾਣ ਉੱਥੇ ਮੈਨੂੰ, ਮੈਂ ਸਾਜਨ ਤੇ ਵੀਰ ਪਿੰਡ ਆ, ਮੈਂ ਤੇ ਇਕੱਲਾ ਮੁੱਖ ਮੰਤਰੀ ਟੂ ਹੀ ਹਾਂ, ਬਾਕੀ ਵੇਖੋ ਵੀ ਮੈਨੂੰ ਮੇਰੇ ਮੁੰਡੇ ਜੱਫੀ ਪਾ ਕੇ ਮਤਲਬ ਲੈ ਗਏ ਪਰੇ ਨੂੰ, ਮੈਨੂੰ ਆ ਚਾਹ ਚੂ ਪੀ ਪੀਲਾ। ਚਾਹ ਤੇ ਚੂ ਕੀ ਪੀਂਦੇ? ਚਾਹ ਪੀ ਪੀਲਾ। ਅੱਛਾ, ਫਿਰ ਚੂ ਪੀਤੀ? ਹਾਂ, ਦੋਵੇਂ ਚਾਹ ਵੀ ਪੀਲੀ, ਚੂ ਵੀ ਪੀਲੀ। ਨਾ ਨਾ, ਚਾਹ ਮਤਲਬ ਮੈਂ ਕਹਿਣਾ ਸੀ ਉਹ ਦਿਮਾਗ 'ਚ ਹੋਰ ਕੁੱਕ ਆ ਗਿਆ। ਹਾਂ ਤੇ ਭਾਜੀ ਫਿਰ ਮੈਨੂੰ ਆਉਂਦੇ, ਮੈਂ ਭਾਜੀ ਮੈਂ ਹੁਣੇ ਆਇਆ ਤੇ ਮੈਨੂੰ ਛੁੱਟੀ ਬਖਸ਼ੋ ਥੋੜ੍ਹੀ, ਕਿ ਮੈਂ ਮੱਥਾ ਟੇਕਣਾ ਪੈਂਦਾ, ਫਿਰ ਮੈਂ ਪਛਾਤਾ ਛਕਣਾ ਤੇ ਫਿਰ ਮੈਂ ਤੁਹਾਡੇ ਨਾਲ ਬਾਕੀ ਗੱਲ ਕਰ ਸਕਦਾ। ਇਹ ਤੁਸੀਂ ਪੜ੍ਹੇ ਲਿਖੇ ਹੈ ਨਹੀਂ, ਫਿਰ ਤੁਹਾਡਾ ਇੰਸਟਾਗ੍ਰਾਮ ਜਾਂ ਸੋਸ਼ਲ ਮੀਡੀਆ ਦਾ ਅਕਾਊਂਟ ਉਹ ਕੌਣ ਚਲਾਉਂਦਾ? ਫਿਰ ਉਹ ਕਿਵੇਂ ਸਾਰਾ ਕੁਝ ਦੇਖਦੇ ਤੁਸੀਂ ਕਿ ਆਪ ਹੀ ਚਲਾਉਂਦੇ? ਵਿੱਕੀ ਭਾਜੀ। ਅੱਛਾ, ਉਹ ਜਿਹੜੇ ਵੀਰ ਉਹ ਜਿਹੜੇ? ਹਾਂਜੀ, ਉਹ ਜਿਹੜੇ ਵਿੱਕੀ ਭਾਜੀ ਕਿੱਥੇ ਕਿਨੇ? ਆਓ ਵੀ ਸਾਹਿਬ ਜੀ ਕਿੱਥੇ ਮਿਲਦੇ? ਆਓ ਵੀ ਸਾਹਿਬ ਜੀ, ਉਹਨਾਂ ਤੋਂ ਮਗਰ ਵੇਖੋ ਨਾ। ਅੱਛਾ, ਉਹਨਾਂ ਤੋਂ ਮਗਰ ਵੇਖੋ, ਨੀਚੇ ਨੀਚੇ। ਸੋ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਅਤੇ ਜਿਹੜੇ ਇਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੇ ਨੇ ਵਿੱਕੀ ਇਹਨਾਂ ਦੇ ਭਾਜੀ, ਇਹਨਾਂ ਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਵੇਂ ਇਹਨਾਂ ਦਾ ਮੇਲ ਮਿਲਾਪ ਕਿੱਦਾਂ ਹੋਇਆ, ਕਿੱਦਾਂ ਸਾਰੀ ਇਹਨਾਂ ਦੀ ਸੈਟਿੰਗ ਕਿੱਦਾਂ ਹੋਈ ਇਹਨਾਂ ਦੀ, ਠੀਕ ਆ, ਫਿਰ ਕਿੱਦਾਂ ਵਾਇਰਲ ਹੋਇਆ, ਕੀ ਸਿਸਟਮ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਅਤੇ ਕਿਵੇਂ ਕਿਵੇਂ ਜਿਹੜਾ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਰਿਹਾ। ਸੋ ਇਹ ਹੈ ਵਿੱਕੀ, ਜਿਹੜਾ ਪਹਿਲਾਂ ਕਹਿੰਦਾ ਸੀ ਉਹ ਸਾਹਮਣੇ ਆਓ, ਪਿੱਛੇ ਨੀਚੇ ਦੇਖੋ ਨੀਚੇ ਦੇਖੋ, ਅਸੀਂ ਲਾਗੇ ਭਾਲ ਲਿਆ ਵੀ ਆ ਵਿੱਕੀ ਸਾਹਿਬ ਤੂੰ ਵੀ ਲਾਗੇ ਆ ਜਾ, ਇਹਨਾਂ ਵੀ ਗੱਲਾਂ ਬਾਤਾਂ ਕਰ ਲਈਏ। ਅਤੇ ਵਿੱਕੀ ਫਿਰ ਤੁਹਾਡੀ ਮੁਲਾਕਾਤ ਕਿਵੇਂ ਹੋਈ ਇਹਦੇ ਨਾਲ? ਇਹ ਭਾਜੀ ਪਹਿਲੀ ਗੱਲ ਵੀ ਆਪਾਂ ਇੱਕੇ ਪਿੰਡ ਦੀ ਹਾਂ, ਠੀਕ ਆ, ਅਤੇ ਮੈਂ ਕਰਦਾ ਨਾ ਮਾਰਸ਼ਲ ਆਰਟ, ਅੱਛਾ ਬੋਕਸਿੰਗ ਖੇਡਦਾ ਮੈਂ, ਅਤੇ ਮੈਨੂੰ ਪਿੰਡ ਵਾਸੀ ਨੇ ਕਿਹਾ ਵੀ ਆਪਣੇ ਜਿਹੜੀ ਹੈਗਾ ਮਾੜੀ ਮੋਟੀ ਬੋਕਸਿੰਗ ਉਹਨੇ ਪਿੰਡ ਬੱਚਿਆਂ ਨੂੰ ਵੀ ਸਿਖਾਓ, ਮੈਂ ਪਿੰਡ ਸਿਖਾਉਣ ਲੱਗਾ, ਅਤੇ ਉਹਦੇ ਵਿੱਚ ਸਰਵਨ ਸਿੰਘ ਵੀ ਆਉਂਦੇ ਹੁੰਦੇ ਸਿੱਖਣ। ਅੱਛਾ, ਇਹ ਵੀ ਬੋਕਸਿੰਗ ਖੇਡਦੇ? ਹਾਂਜੀ, ਇਹਨਾਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਆਉਣਾ ਅਤੇ ਉੱਥੇ ਖੇਡਦੇ ਹੁੰਦੇ ਸਾਰੇ, ਅਤੇ ਸ਼ਾਮ ਨੂੰ ਉੱਥੇ ਆਉਣਾ, ਇਹਨਾਂ ਮੱਥਾ ਟੇਕ ਕੇ ਆਪਣਾ ਪਾਠ ਕਰਕੇ ਫਿਰ ਇਹਨਾਂ ਨੇ ਆਪਣੇ ਮਾਰਸ਼ਲ ਆਰਟ ਵੀ ਨਾਲ ਕਰਨੀ, ਅਤੇ ਉਹ ਤੋਂ ਫਿਰ ਮੇਲ ਮਿਲਾਪ ਹੋਈ ਆਪਣੇ ਜਾਦੇ ਤੋਂ, ਨਾਲ ਹੀ ਫਿਰ ਆਪਣੇ ਹੁੰਦੇ ਜੀ, ਕਾਫੀ ਵੀਡੀਓ ਪਾਉਂਦੇ ਰਹੇ, ਠੀਕ ਆ, ਲੱਗੇ ਰਹੇ। ਕਿੰਨਾ ਚਿਰ ਹੋ ਗਿਆ ਤੁਹਾਡੇ ਵੈਸੇ ਮੁਲਾਕਾਤ? ਮੁਲਾਕਾਤ ਨੂੰ ਸਾਡੇ 10 ਸਾਲ ਹੋ ਗਏ। ਅੱਛਾ, ਹਾਂਜੀ, ਬਹੁਤ ਸਾਲ, ਇਹ ਬਹੁਤ ਛੋਟਾ ਜਿਹਾ ਉਦੋਂ ਤੇ। ਅੱਛਾ, ਹਾਂਜੀ, ਤੇ ਵੀਡੀਓ ਕਦੋਂ ਬਣਾਉਣ ਲੱਗ ਕੇ ਪਾਉਣ ਲੱਗੇ? ਵੀਡੀਓ ਪਹਿਲਾਂ ਤਾਂ ਕੰਮ ਕਰਦਾ ਹੁੰਦਾ ਸੀ, ਅਤੇ ਕੰਮ ਕਰ ਫਿਰ ਇਹਦੇ ਘਰਦਿਆਂ ਦੇ ਇਹਦਾ ਦਿਲ ਨਹੀਂ ਲੱਗੇ, ਇਹਨੇ ਜਾਣਾ, ਉਹਨਾਂ ਖੜਨਾ ਘਰਦਿਆਂ ਨੇ, ਇਹਨੇ ਉੱਥੋਂ ਆ ਜਾ ਕਰਨਾ। ਅੱਛਾ, ਅਤੇ ਆਉਂਦਿਆਂ ਜਦੋਂ ਰਾਹ 'ਚ ਆਉਣਾ ਇਹਨੇ ਆਪਣਾ ਫੜ ਕੇ ਫੋਨ 'ਤੇ ਆਪਣਾ ਵੀਡੀਓ ਬਣਾਉਂਦੇ ਰਹਿਣਾ ਇਹਨੇ, ਅਤੇ ਚਲੋ ਇੱਕ ਇਹਨੇ ਖਡੂਰ ਸਾਹਿਬ ਜਾਣਾ ਗੁਰਦੁਆਰਾ ਸਾਹਿਬ,
ਉੱਥੇ ਮੱਥਾ ਟੇਕਣ ਜਾ ਕੇ ਜਾਣਾ ਵੀ ਤੁਰ ਕੇ ਪਾਈ ਇਹਨੇ ਅੱਛਾ ਹਾਂਜੀ ਸੁਲਤਾਨਪੁਰ ਲੋਧੀ ਵੀ ਮੇਲਾ ਆਇਆ ਜਦੋਂ ਪਿੱਛੇ ਹਫ਼ਤਾ ਇੱਕ ਉਦੋਂ ਵੀ ਤੁਰ ਕੇ ਇੱਥੋਂ ਜੇ ਕੋਈ ਚੀਜ਼ ਮਿਲ ਗਈ ਤਾਂ ਬਹਿ ਜਾਣਾ ਨਹੀਂ ਤਾਂ ਤੁਰ ਕੇ ਹੀ ਆਪਣੇ ਸੰਗੀਤ ਸੁਣਨ ਦੇ ਜਾਣਾ ਕੰਨ 'ਚ ਲਾ ਕੇ ਅੱਛਾ ਹਾਂਜੀ ਅਤੇ ਸੰਗੀਤ ਸੁਣਦੇ ਹੁੰਦੇ ਬੈਟਰੀ ਲਾਉਣ ਆਉਂਦੇ ਹਾਂ ਜੀ ਉਹ ਪਾਵਰ ਬੈਂਕ ਨਾਲ ਹੀ ਰੱਖੀ ਪ੍ਰਬੰਧ ਨਾਲ ਹੀ ਕਰਕੇ ਰਹੇ ਮੋਟਰਸਾਈਕਲ ਬਾਕੀ ਕਹਿੰਦੇ ਭਾਵੇਂ ਲੀਟ ਲੱਗੀ ਹੋਵੇ ਗੱਡੀ ਚਾਕੀ ਦਾ ਵੀ ਚਾਰਜ ਲਾ ਦੇ ਵਿਕਰੀ ਕਰ ਲਈ ਯਾਰ ਚਲੋ ਪੰਜਾਂ ਦਸ ਮਿੰਟਾਂ ਚ ਪਹੁੰਚ ਜਾਈਦਾ ਕਿੱਥੇ ਮਤਲਬ ਬਾਬੇ ਤੇ ਕਿਹੜੇ ਬਾਬੇ ਤੇ ਸੁਲਤਾਨਪੁਰ ਲੋਧੀ ਨਾ ਗੁਰੂ ਸਾਹਿਬ ਅੱਛਾ ਮੈਂ ਸੁਲਤਾਨਪੁਰ ਲੋਧੀ ਤਾਂ 40-45 ਕਿਲੋਮੀਟਰ ਦੂਰ ਉੱਥੇ ਵੀ ਚੱਲ ਜਾਈਦਾ ਵਾ ਉਹ ਗੋਂਦਵਾਲ ਦੇ ਨਾਲੋਂ ਸੜਕ ਮੁੜਦੀ ਭਾਜੀ ਅੱਛਾ ਹਾਂਜੀ ਠੀਕ ਹੈ ਉੱਥੇ ਮੈਂ ਗਿਆ ਵਾਂ ਇੱਕ ਵਾਰੀ ਐਰਕੀ ਆ ਜਿਹੜਾ ਮੇਲਾ ਹੋਇਆ ਐਰਕੀ ਨਹੀਂ ਮੇਰੇ ਕੋਲ ਜਾਇਆ ਗਿਆ ਪਿਛਲੇ ਮੇਲੇ 'ਤੇ ਮੈਂ ਉਹ ਕਹਿ ਜ਼ਰੂਰ ਹਾਂਜੀ ਫਿਰ ਇਹਦੀ ਕਿਸੇ ਨੂੰ ਹੁਣ ਜਿਵੇਂ ਵੀਡੀਓ ਵਾਇਰਲ ਹੋਈ ਆ ਜਾਂ ਗਾਇਕੀ ਕਰਕੇ ਕੋਈ ਮੈਸੇਜ ਕਾਲ ਆਈ ਕਿਸੇ ਦੀ ਜਾਂ ਨਹੀਂ ਹਾਂਜੀ ਭਾਅ ਜੀ ਔਫਰ ਤਾਂ ਬਹੁਤ ਆਉਂਦੇ ਆ ਹਾਂਜੀ ਹਰੇਕ ਕੰਪਨੀ ਵੱਲੋਂ ਔਫਰ ਆ ਰਹੇ ਆ ਅਤੇ ਬਟ ਆਪਾਂ ਗਾਣਾ ਕਰ ਰਹੇ ਇਹਦਾ ਹਾਂਜੀ ਰਿਕਾਰਡਿੰਗ ਕਰਨੀ ਆਪਾਂ ਅਤੇ ਜਲਦੀ ਰੂਬਰੂ ਕਰਾਂਗੇ ਵੀਡੀਓ ਨਾਲ ਹੀ ਕਰਾਂਗੇ ਬਿਲਕੁਲ ਜੀ ਬਿਲਕੁਲ ਹਾਂਜੀ ਫਿਰ ਮੁੱਖ ਮੰਤਰੀ ਜੀ ਇੱਕ ਜਾਂਦੇ ਯਾਰ ਤੁਹਾਡਾ ਡਾਇਲੋਗ ਹੋ ਜਾਵੇ ਇੱਕ ਗਾਣਾ ਹੋ ਜਾਵੇ ਸੁਣਾ ਦਿੰਦੇ ਭਾਅ ਜੀ ਬਾਕੀ ਪਿੰਡ ਦੇ ਕਹੀ ਜਾਂਦੇ ਵੀ ਪਿੰਡ ਦਾ ਨਾਂ ਜ਼ਰੂਰ ਲਿਆ ਕਰ ਵਿੱਚ ਬਿਲਕੁਲ ਚਾਹੀਦਾ ਆਪਾਂ ਪਿੰਡ ਮਥਰੇਆਲ ਤੋਂ ਠੀਕ ਹੈ ਤੇ ਭਾਅ ਜੀ ਆਓ ਨਿਊ ਸੌਂਗ ਸੁਣਾਉਂਦੇ ਹਾਂ ਤੁਹਾਨੂੰ ਚਲੋ ਭਾਈ ਕਰੀਏ ਫਿਰ ਚਲੂ ਤੇਰੀ ਮੋਸ਼ਨਾ ਨੀਵੀਂ ਹੋ ਜੇ ਮੈਂ ਸਿਰ ਤੇ ਚੁੰਨੀ ਰੱਖਦੀਆਂ ਅੱਖਾਂ ਦੇ ਵਿੱਚ ਤੇਰੀ ਸੂਰਤ ਨਾ ਹੋਰ ਕਿਸੇ ਵੱਲ ਤੱਕਦੀਆਂ ਬੜਾ ਅੜਬ ਹਸੂਲੀ ਵੇ ਗੱਲ ਕਰਾਂ ਹਸੂਲੀ ਵੇ ਤੇਰੀ ਸਮੈਲ ਜੱਟਾ ਮੈਨੂੰ ਫੈਨ ਬਣਾਉਂਦੀ ਆ ਤੇਰੇ ਰੂਹ ਵਿੱਚ ਖਾਬਾਂ ਦੇ ਗੱਲ ਵੱਕੜੀ ਪਾਉਂਦੀ ਆ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ ਹਾਏ ਅੱਖੀਆਂ ਤਰਸ ਗਈਆਂ ਮੈਂ ਤੈਨੂੰ ਦੇਖਣ ਲਈ ਤੂੰ ਕਿਹੜੇ ਦੇਸ਼ ਗਿਆ ਮੇਰਾ ਫੁੱਕੇ ਕਾਲ ਜਾਵੇ ਸਰਵਣ ਸਿੰਘ ਮੁੱਖ ਮੰਤਰੀ ਤੂੰ ਫੇਰੀ ਇੱਕ ਸੇਕਣ ਨੂੰ ਉਹ ਜਸੜਾ ਤੇਰੇ ਵਾਂਗੂ ਮੈਂ ਤੋ ਗੀਤ ਬਣਾ ਜਾਣਨੀ ਆਪਣੇ ਇਸ ਬਾਤਾਂ ਵਾਲੇ ਕੋਕੇ ਲਾਏ ਜਾਣਨੀ ਉਹ ਸਰਵਣ ਤੇਰੇ ਵਾਂਗੂ ਮਾਰਗ ਪਰਨਾ ਨਾ ਲਾ ਸਰਵਣ ਤੇਰੇ ਵਾਂਗੂ ਮੈਂ ਤੋ ਗੀਤ ਬਣਾਏ ਜਾਣਨੀ ਆਪਣੇ ਇਸ ਬਾਤਾਂ ਵਾਲੇ ਕੋਕੇ ਲਾਏ ਜਾਣਨੀ ਮੈਂ ਨਿੱਤ ਨਿੱਤ ਮਰਦੀਆਂ ਅਰਦਾਸਾਂ ਕਰਦੀਆਂ ਨਿੱਤ ਪੀਰ ਮਨਾਉਂਦੀ ਆਂ ਤੇਰੇ ਰੂਹ ਵਿੱਚ ਖਾਬਾਂ ਦੇ ਕੱਲ ਵੱਕੜੀ ਪਾਉਂਦੀ ਆਂ ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆਂ ਠੀਕ ਹੈ ਭਾਅ ਜੀ ਜੇ ਵਧੀਆ ਲੱਗਾ ਹੋਵੇ ਤੇ ਲਾਈਕ ਕਮੈਂਟ ਸ਼ੇਅਰ ਕਰੋ ਸਾਰੇ ਵੀ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਸੋ ਅੱਜ ਦੀ ਤੁਹਾਡੀ ਮੁਲਾਕਾਤ ਕਰਵਾਈ ਸੀ ਸਰਵਨ ਸਿੰਘ ਮੁੱਖ ਮੰਤਰੀ 2 ਦੇ ਨਾਲ ਕਾਫੀ ਦਿਨਾਂ ਤੋਂ ਇੰਸਟਾਗ੍ਰਾਮ ਤੇ ਛਾਇਆ ਹੋਇਆ ਕਾਫੀ ਸਟਾਰਾਂ ਨੇ ਕਾਫੀ ਕਲਾਕਾਰਾਂ ਨੇ ਇਹਦੀ ਜਿਹੜੀ ਵੀਡੀਓ ਰੀਲ ਆ ਸ਼ੇਅਰ ਵੀ ਕੀਤੀ ਤਾਂ ਅੱਜ ਅਸੀਂ ਇਹਦੇ ਘਰ ਦੇ ਹਾਲਾਤ ਜਾਣਨ ਲਈ ਪਹੁੰਚੇ ਸੀ ਕਿ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਜੀ ਰਿਹਾ ਤੇ ਕਿੱਦਾਂ ਕਿੱਦਾਂ ਨੇ ਜ਼ਿੰਦਗੀ ਬਤੀਤ ਕੀਤੀ ਆ ਕਿਹੜੇ ਕਿਹੜੇ ਸ਼ੌਂਕ ਨੇ ਫਿਰ ਇੰਸਟਾਗ੍ਰਾਮ ਕੌਣ ਹੈਂਡਲ ਕਰਦਾ ਹੈ ਕੌਣ ਚਲਾਉਂਦਾ ਹੈ ਕਾਫੀ ਗੱਲਾਂ ਬਾਤਾਂ ਸੀ ਜਿਹੜੇ ਸਾਨੂੰ ਕਮੈਂਟ ਵੀ ਕੀਤੇ ਸੀ ਦਰਸ਼ਕਾਂ ਨੇ ਸਾਡੇ ਇੰਟਰਵਿਊ ਥੱਲੇ ਵੀ ਤੁਸੀਂ ਇੱਕ ਵਾਰ ਸਰਵਨ ਸਿੰਘ ਮੁੱਖ ਮੰਤਰੀ 2 ਦੀ ਇੰਟਰਵਿਊ ਜ਼ਰੂਰ ਕਰੋ ਸੋ ਫਾਈਨਲੀ ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਆ ਤਾਂ ਇਹ ਵੀਡੀਓ ਜ਼ਰੂਰ ਤੱਕ ਜ਼ਰੂਰ ਦੇਖਣੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ ਕਿਉਂਕਿ ਤੁਸੀਂ ਆਟੋਮੈਟਿਕ ਪਹੁੰਚ ਚੁੱਕੇ ਹੋਗੇ ਅਖੀਰ ਤੱਕ ਹੁਣ ਮੈਨੂੰ ਦੇ ਆਜ਼ਾਦ ਕੈਮਰਾਮੈਨ ਗੁਰਦੇ ਨਾਲ ਗੁਰਚੇਤ ਸਿੰਘ ਔਲਖ ਸਤਿ ਸ਼੍ਰੀ ਅਕਾਲ